ਇਸ ਕਦਰ ਤਸ਼ਦਦ ਕੀਤਾ ਜਾਂਦਾ ਹੈ ਕਿ ਉਹਦੀ ਰੀੜ ਦੀ ਹੱਡੀ ਹੈ ਜਿਹੜੀ ਡੈਮੇਜ ਹੋ ਜਾਂਦੀ ਹੈ। ਹਾਂਜੀ। ਉਹਦੀ ਜ਼ੁਬਾਨ ਜਿਹਦੇ ਸਜੀਵ ਕਰਦਨੇ ਉਹ ਵੱਢਦੀ। ਹਾਂਜੀ। ਕਈ ਘੰਟਿਆਂ ਬਾਅਦ ਤਲਾਸ਼ ਕਰਦੇ ਕਰਦੇ ਮਾਪਿਆਂ ਨੇ ਕਿਸੇ ਖੇਤ ਨੂੰ ਚੁੱਕ ਚੁੱਕੇ। ਹਾਂਜੀ। ਉਹਨੂੰ ਚੁੱਕ ਕੇ ਕਿੱਥੇ ਲੈ ਕੇ ਗਏ? ਅਲੀਗੜ ਦੇ ਹਸਪਤਾਲ। ਹਾਂ। 10 ਦਿਨ ਅਲੀਗੜ ਦੇ ਹਸਪਤਾਲ ਦੇ ਵਿੱਚ ਉਹਦਾ ਟ੍ਰੀਟਮੈਂਟ ਹੁੰਦਾ ਹੈ। ਹਾਂਜੀ। ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ। ਹਾਂਜੀ। ਉਹਸ ਪਹਿਲਾਂ ਤਾਂ ਇਹ ਗੱਲ ਮੰਨਦੀ ਨਹੀਂ ਕਿ ਇਹ ਹਰੇਕ ਦਾ ਕੈਸ ਹੈ ਹਾਂਜੀ ਜੇ ਸੂਬੇ ਦੀ ਹਾਲਤੇ ਹੋਵੇ ਹਾਂਜੀ ਜਿੱਥੇ ਹਜ਼ਾਰਾਂ ਲੋਕ ਮਾਰੇ ਗਏ ਹੋ ਜੀ ਜੀ ਉੱਥੋਂ ਨੇ ਲੜਕੀ ਮਰ ਗਈ ਹਾਂ ਇਹ ਲੜਕੀ ਮਰੀ ਪਈ ਹੈ ਹਾਂਜੀ ਓਦੀ ਡੈਡ ਬੋਡੀ ਲੁਕੋਤੀ ਹੂੰ ਉਤੋਂ ਬਾਅਦ ਬਾਪੇ ਰੋਂਦੇ ਆ ਪਿੱਟਦੇ ਆ ਫਿਰ ਪਤਾ ਲੱਗਦਾ ਕਿ ਡੈਡ ਬੋਡੀ ਨੂੰ ਲੈ ਕੇ ਹਾਥਰਸ ਨੂੰ ਚੱਲਿਆ ਗਿਆ ਹਾਂ ਪਰਿਵਾਰ ਸ਼ਿਪ ਭਜਦਾ ਹਾਥਰਸ ਸਾਰੇ ਪਾਸੇ ਜੀ ਪਿੰਡ ਦੇ ਲੋਕ ਭਾਈ ਜੀ 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 ਪਿੰਡ ਦੇ ਲੋਕਾਂ ਦੀ ਗੈਰ ਮੌਜੂਦਗੀ ਦੇ ਵਿੱਚ ਜੀ ਉਸ ਕੁੜੀ ਦਾ ਸਸਕਾਰ ਕਰਨ ਦਾ ਇਲਜ਼ਾਮ ਹਾਂ ਮਾਪੇ ਝੋੜ ਲਾਉਂਦੇ ਐ ਜੀ ਮਾਂ ਜੜੀ ਐ ਜਿਹੜੀ ਐਂਬੂਲੈਂਸ ਤੇ ਮੂਰੇ ਲਿਟਦੀ ਐ ਹਾਂ ਭਰਾ ਬਾਰਸ ਜਿਹੜੇ ਉਹ ਆਰਗੂ ਕਰਦੇ ਐ ਹਾਂ ਕਿਹਦੇ ਨਾਲ ਆਰਗੂ ਕਰਦੇ ਐ ਡਿਸਟ੍ਰਿਕਟ ਮੈਜਿਸਟ੍ਰੇਟ ਨਾਲ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਤੇ ਸਿਸਟਮ ਦਾ ਕਰੂਪ ਜਿਹੜਾ ਦੇਖੋ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਪੀੜਿਤ ਕੁੜੀ ਦੇ ਭਰਾ ਨੂੰ ਕਹਿੰਦਾ ਹੈ ਨੇਤਾ ਗਿਰੀ ਮਤ ਕਰ ਨੇਤਾ ਨਾ ਬਣ ਮੈਨੂੰ ਸਵਾਲ ਨਾ ਕਰ ਔਰ ਫਿਰ ਸਵੇਰੇ ਅੱਜ ਸਵੇਰੇ ਤੈਨੂੰ ਹਾਂਜੀ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਜੀ ਪਰਿਵਾਰ ਦੀ ਵਿਰੋਧਤਾ ਦੇ ਬਾਅਦ ਹਾਂਜੀ ਉਸ ਲੜਕੀ ਦਾ ਸੰਸਕਾਰ ਕੌਣ ਕਰਦੀ ਹੈ ਪੁਲਿਸ ਪੁਲਿਸ ਕਰ ਪਰਿਵਾਰ ਬੰਨੂ ਇਹ ਕਹਿੰਦਾ ਕਿ ਕੁੜੀ ਦੀ ਹਾਲਤ ਮਾੜੀ ਹੈ ਹਾਂਜੀ 19 ਸਾਲਾਂ ਦੀ ਬੱਚੀ ਹੈ ਜੀ ਜੀ 19 ਸਾਲਾਂ ਦੀ ਬੱਚੀ ਦੀ ਜ਼ਿੰਦਗੀ 'ਚ ਪਤਾ ਨਹੀਂ ਕੀ ਬਣਨਾ ਸੀ ਹਾਂਜੀ ਲੇਕਿਨ ਈਮਜ਼ ਦੀ بجائے ਉਹਨੂੰ ਸਫਤ ਦੰਦ ਹਸਪਤਾਲ ਆ ਹਾਂ 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 ਸਫਤ ਦੰਦ ਜੰਗ ਹਸਪਤਲ ਕਈ ਦਿਨਾਂ ਦੀ ਜਦੋਂ ਜਾਂ ਤੋਂ ਬਾਅਦ ਕੱਲ ਸਵੇਰੇ

ਪੰਜਾਬ ਦੇਖ ਰਹੇ तमाम ਪੰਜਾਬੀਆਂ ਦੀ ਖidmat ਦੇ ਵਿੱਚ ਹਾਜ਼ਰ ਹੋਈਆਂ ਮੈਂ ਖੁਸ਼ਬੀ ਸਤਿ ਸ਼੍ਰੀ ਅਕਾਲ ਹਾਜ਼ਰ ਹੋਈਆਂ ਜਿਸ ਦੀ ਤੁਸੀਂ ਕਰਦੇ ਹੋ ਉਡੀਕ ਉਹ سلسلہ ਲੈ ਕੇ ਜੀ ਹਾਂ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਤੁਹਾਡੇ ਵੱਲੋਂ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਜੋ ਕਿ ਸਾਡੇ ਸਤਕਾਰਤ ਸੀਨੀਅਰ ਪੱਤਰਕਾਰ ਹਨ ਉਹਨਾਂ ਦਾ ਮੈਂ ਸਵਾਗਤ ਕਰਦੇ ਹੋਏ ਬੁਲਾਉਣੀ ਆ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਜੀ ਅੱਜ ਦਿਲ ਥੋੜਾ ਉਦਾਸ ਹੈ ਸਿਸਟਮ ਦਾ ਕ Roop ਚਿਹਰਾ ਬੇਨਕਾਬ ਹੋ ਰਿਹਾ ਹੈ ਵੱਡੇ ਤੜਕੇ ਬਲਾਤਕਾਰ ਦੀ ਸ਼ਿਕਾਰ ਬੱਚੀ ਦਾ ਉਹਦੇ ਪਰਿਵਾਰ ਦੇ ਵਿਰੋਧ ਦੇ باوجود ਸਸਕਾਰ ਕਰ ਦਿੱਤਾ ਜਾਂਦਾ ਹੈ ਕੁਸ਼ਵਿਰ ਬਹੁਤ ਦਰਦਨਾਕ ਖਬਰ ਹੈ ਦਰਦਨਾਕ ਵਾਰਦਾਤ ਦਰਦਨਾਕ ਖਬਰ ਤੇ ਦਰਦਨਾਕੀ ਅੰਤ ਜੀ ਜੂਪੀ ਦੇ ਵਿੱਚ ਇੱਕ ਕਸਵਾ ਹਾਥਰਸ ਹੂੰ ਉੱਥੋਂ ਦੀ ਇੱਕ 19 ਸਾਲਾ ਦਲਤ ਬੱਚੀ ਜੀ ਆਪਣੇ ਪਰਿਵਾਰ ਦੇ ਨਾਲ ਭਰਾ ਮਾਂ ਦੇ ਨਾਲ ਕੱਖ ਖੋਤ ਨਹੀਂ ਜਾਂਦੀ ਹੈ ਹਾਂਜੀ ਖੇਤਾਂ 'ਚ ਕੱਖ ਖੋਤਣ ਜਾਂਦੀ ਹੈ ਕੱਖ ਖੋਤ ਦੇ ਨੂੰ ਕੁਝ ਮੁਸਟੰਡੇ ਅਗਵਾ ਕਰਨ ਲਈ ਜੀ ਅਗਵਾ ਕਰਕੇ ਉਹਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਂਦੇ ਹੂੰ ਗੱਲ ਇੱਥੇ ਖਤਮ ਨਹੀਂ ਹੁੰਦੀ ਹੂੰ ਉਹਦੇ ਤੇ ਕਹਿਰਾਂ ਦਾ ਤਸ਼ੱਦਦ ਕੀਤਾ ਜਾਂਦਾ ਹੈ ਬਿਲਕੁਲ ਇਸ ਕਦਰ ਤਸ਼ਦਦ ਕੀਤਾ ਜਾਂਦਾ ਹੈ ਕਿ ਉਹਦੀ ਰੀੜ ਦੀ ਹੱਡੀ ਹੈ ਜਿਹੜੀ ਉਹ ਡੈਮੇਜ ਹੋ ਜਾਂਦੀ ਹੈ। ਹਾਂਜੀ। ਉਹਦੀ ਜ਼ੁਬਾਨ ਜਿਹੜੀ ਉਹ ਸਜੀਵ ਕਰਦਨੇ ਉਹ ਵੱਢਦੀ। ਹਾਂਜੀ। ਕੁੜੀ ਤੜਫਦੀ ਰਹੀ। ਹਾਂਜੀ। ਕਈ ਘੰਟਿਆਂ ਬਾਅਦ ਤਲਾਸ਼ ਕਰਦੇ ਕਰਦੇ ਮਾਪਿਆਂ ਨੇ ਕਿਸੇ ਖੇਤ ਦੇ ਵਿੱਚ ਉਨ ਚੁੱਕਿਆ। ਹਾਂਜੀ। ਉਹਨੂੰ ਚੁੱਕ ਕੇ ਕਿੱਥੇ ਲੈ ਕੇ ਗਏ? ਅਲੀਗੜ ਦੇ ਹਸਪੀਟਲ। ਹਾਂਜੀ। 14 ਤਾਰੀਖ ਦੀ ਘਟਨਾ। ਹਾਂ। 10 ਦਿਨ ਅਲੀਗੜ੍ਹ ਦੇ ਹਸਪੀਟਲ ਦੇ ਵਿੱਚ ਉਹਦਾ ਟ੍ਰੀਟਮੈਂਟ ਹੁੰਦਾ ਹੈ। ਹਾਂਜੀ। ਜਾਂ ਇਹ ਕਹਿ ਦਈਏ ਕਿ ਟ੍ਰੀਟਮੈਂਟ ਦੇ ਨਾਂ ਦੇ ਉੱਤੇ ਉਹ ਦਾਖਲ ਰਹਦੀ ਹੈ। ਹਾਂਜੀ। ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ। ਹਾਂਜੀ। ਪੁਲਿਸ ਪਹਿਲਾਂ ਤਾਂ ਇਹ ਗੱਲ ਮੰਨਦੀ ਨਹੀਂ ਕਿ ਇਹ ਅਰੇ ਇਨਾ ਕੈਸ ਹੈ। ਹਾਂਜੀ। ਸ਼ੁਰੂ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਾਂਦਾ ਹੈ। ਜੀ। ਫਿਰ ਸਰਕਲ ਅਫਸਰ ਹੈ ਜਿਹੜਾ ਹਾਂਜੀ। ਵੱਡਾ ਅਫਸਰ। ਹਾਂਜੀ। ਉਹ ਕੁੜੀ ਦੀ ਸਟੇਟਮੈਂਟ ਲੈਣ ਆਸੇ ਹੁੰਦਾ ਹੈ। ਹਾਂਜੀ। ਕੁੜੀ ਬੋਲ ਨਹੀਂ ਸਕਦੀ ਕਿਉਂਕਿ ਜ਼ੁਬਾਨ ਕੱਟੀ ਹੋਈ ਹੈ। ਹਾਂਜੀ। ਉਹ ਇਸ਼ਾਰੇ ਚ ਸਮਝਾਉਂਦੀ ਹੈ ਹਾਂਜੀ ਕਿ ਮੇਰੇ ਨਾਲ ਬਲਾਤਕਾਰ ਕੀਤਾ ਗਿਆ ਹਾਂਜੀ ਬਲਾਤਕਾਰ ਕਰਨ ਵਾਲੇ ਚਾਰ ਬੰਦੇ ਉਹ ਜਦੋਂ ਉਹ ਇਹ ਗੱਲ ਦੱਸਦੀ ਐ ਤੇ ਮੇਰੇ ਨਾਲ ਆਹ ਕੁਛ ਕੀਤਾ ਗਿਆ ਹਾਂਜੀ ਫਿਰ ਜਿਹੜਾ ਹੈਗਾ ਸਮੂਹ ਬਲਾਤਕਾਰ ਦੀ ਕਹਾਣੀ ਜੁੜਦੀ ਐ ਹਾਂਜੀ ਐਸਸੀ ਐਸਟੀ ਐਕਟ ਦੇ ਤਹਿਤ ਕਾਰਵਾਈ ਹੁੰਦੀ ਐ ਹਾਂਜੀ ਬੰਦਿਆਂ ਨੂੰ ਬੜੇ ਲੰਬੇ ਸਮੇਂ ਬਾਅਦ ਥੋੜਾ ਬੋਤਾ ਕਾਬੂ ਕੀਤਾ ਜਾਂਦਾ ਹਾਂਜੀ ਟ੍ਰੀਟਮੈਂਟ ਲਈ ਕੁੜੀ ਨੂੰ ਪਰਿਵਾਰ ਕਹਿੰਦਾ ਐ ਦਲ ਜਥੇਬੰਦੀਆਂ ਕਹਿੰਦੀਆਂ ਕਿ ਜੀ ਹਾਲਤ ਬਹੁਤ ਨਾਜ਼ੁਕ ਹੈ ਬਿਲਕੁਲ ਇਹਨੂੰ ਇਲਾਜ ਲਈ ਇਮਜ ਭਜਵਾਇਆ ਜਾਵੇ ਹਾਂਜੀ ਇਮਜ ਪਰਦਾ ਬੜਾ ਪ੍ਰਸਿੱਧ ਹਸਪੀਟਲ ਹੈ ਹਾਂਜੀ ਆਮੀ ਤੁਸੀਂ ਦੇਖਦੇ ਹੋ ਕਿ ਜਦੋਂ ਸਾਡੇ ਲੀਡਰ ਬਿਮਾਰ ਹੁੰਦੇ ਹ ਹ ਜਾਂ ਤਾਂ ਉਹ ਵਿਦਾਂਤਾਂ ਨੂੰ ਜਾਂਦੇ ਹੈ ਹ ਜਾਂ ਇਮਜ ਨੂੰ ਹ ਜੀ ਇਨਾ ਦਿਨਾਂ ਦੇ ਵਿੱਚ ਇਮਜ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਸਾਡੇ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਗ੍ਰਹਿ ਮੰਤਰੀ ਅਮਿਤ ਜੀ ਅਮਿਤ ਸ਼ਾਹ ਜੀ ਹਾਂ ਉਹਨਾਂ ਨੂੰ ਕਰੋਨਾ ਦਾ ਅਟੈਕ ਹੋ ਗਿਆ ਸੀ। ਹੂੰ। ਉਹ ਮੈਦੰਤਾ ਦੇ ਵਿੱਚ ਦਾਖਲ ਹੁੰਦੇ। ਜੀ। ਉੱਥੋਂ ਠੀਕ ਹੋ ਕੇ ਉਹ ਘਰ ਜਾਂਦੇ। ਹਾਂਜੀ। ਫਿਰ ਕਹਿੰਦੇ ਆ ਤਬੀਅਤ ਖਰਾਬ ਹੋ ਗਈ। ਹਾਂਜੀ। ਕਿਹਾ ਜਾਂਦਾ ਕਿ ਕਰੋਨਾ ਤੋਂ ਬਾਅਦ ਜਿਹੜੀ ਹੈ ਥਕਾਵਟ ਹੈ। ਉਹੀ। ਹਾਂਜੀ। ਪਰ ਉਹਨਾਂ ਨੂੰ ਫਿਰ ایمਜ਼ ਦੇ ਵਿੱਚ ਐਡਮਿਟ ਕਰਵਾਇਆ ਗਿਆ। ਜੀ। ਜੋ ਵੀ ਦੇਖੀ ਆਪਾਂ ایمਜ਼ ਬਹੁਤ ਵੱਡਾ ਹਸਪਤਾਲ ਹੈ। ਹਾਂਜੀ। ਬڑے ਵੱਡੇ ਵੱਡੇ ਮਹਾਲ ਡਾਕਟਰਾਂ ਦੇ। ਹਾਂਜੀ ਪਰਿਵਾਰ ਵੱਲੋਂ ਇਹ ਕਹਿਣਾ ਹੈ ਕਿ ਕੁੜੀ ਦੀ ਹਾਲਤ ਮਾੜੀ ਹੈ ਹਾਂਜੀ 10 ਸਾਲਾਂ ਦੀ ਬੱਚੀ ਹੈ ਜੀ ਜੀ 10 ਸਾਲਾਂ ਦੀ ਬੱਚੀ ਦੀ ਜ਼ਿੰਦਗੀ 'ਚ ਪਤਾ ਨਹੀਂ ਕੀ ਵਾੜਨਾ ਸੀ ਹਾਂਜੀ ਲੇਕਿਨ ਈਮਜ਼ ਦੀ ਬਜਾਏ ਉਹਨੂੰ ਸਫਦਰ ਜੰਗ ਹਸਪੀਟਲ ਲਿਆ ਜਾਂਦਾ ਹਾਂ 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 ਸਫਦਰ ਜੰਗ ਹਸਪੀਟਲ ਕਈ ਦਿਨਾਂ ਦੇ ਵੀ ਜਦੋਂ ਜੈ ਤੋਂ ਬਾਅਦ ਕੱਲ ਸਵੇਰੇ ਅਰਲੀਨ ਦੀ ਮਾਰਨਿੰਗ 3 ਵਜੇ ਜੀ ਉਹਦੀ ਮੌਤ ਹੋ ਗਈ ਹਾਂਜੀ ਮੌਤ ਹੋਣ ਤੋਂ ਬਾਅਦ ਹਾਹਾਕਾਰ ਮੱਚਦੀ ਹੈ ਹਾਂ ਹਾਹਾਕਾਰ ਕਿਉਂ ਮੱਚਦੀ ਹੈ ਜੀ ਕਿਉਂਕਿ ਇਹੀ ਕੁਝ ਜੋ ਕੁਛ ਹਾਥ ਰਸਤੇ ਵਿੱਚ ਹੋਇਆ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਹੈ ਜੀ ਇਹੋ ਹੀ ਕੁਝ ਕੁਝ ਸਾਲ ਪਹਿਲਾਂ ਦਿੱਲੀ 'ਚ ਵੀ ਹੋਇਆ ਸੀ ਹਾਂਜੀ ਬਹੁਤ ਮਸ਼ਹੂਰ ਦਿੱਲੀ ਦੇ ਵਿੱਚ ਇੱਕ ਲੜਕੀ ਸੀ ਟ੍ਰੇਨਿੰਗ ਕਰਦੀ ਸੀ ਮੈਡੀਕਲ ਦੇ ਕਿਸੇ ਕੋਰਸ ਦੇ ਵਿੱਚ ਜੀ ਦੇਰਾ ਦਿਨ ਦੂਨ ਦੀ ਸਟੂਡੈਂਟ ਸੀ ਜੀ ਉਹ ਲੜਕੀ ਆਪਣੇ ਦੋਸਤ ਦੇ ਨਾਲ ਘੁੰਮਦੀ ਫਿਰਦੀ ਹੈ ਹਾਂਜੀ ਸ਼ਾਮ ਨੂੰ ਘਰ ਜਾਣ ਦੀ ਤਿਆਰੀ ਕਰਦੀ ਹੈ ਕਿਧਰੋਂ ਜਾਈਏ ਇੱਕ ਬੱਸ ਆਉਂਦੀ ਹੈ ਦੇਖਦੇ ਆ ਕਿ ਕੁੜੀ ਮੁੰਡਾ ਦੋ ਇਕੱਲੇ ਹੈ ਜੀ ਬੱਸ ਦੇ ਵਿੱਚ ਪੰਜ ਸੱਤ ਬੰਦੇ ਸਵਾਰ ਹੈ ਉਹਨਾਂ ਨੂੰ ਕਹਿੰਦੇ ਆਓ ਜੀ ਕਿਹੜੇ ਪਾਸੇ ਜਾਣੇ ਆਮ ਤੌਰ ਤੇ ਹੈ ਕਿ ਫਲਾਣੇ ਪਾਸੇ ਨੂੰ ਜਾਂਦੀ ਹੈ ਬਸ ਜੀ ਲੇਕਿਨ ਕੁੜੀ ਮੁੰਡਾ ਕੱਲਿਆਂ ਦੇਖ ਕੇ ਜੀ ਉਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਜਾਣੇ ਹੂੰ ਸੁੱਤੇ ਸਿੱਧ ਬੰਦੇ ਦੀ ਤਰ੍ਹਾਂ ਜਾਣਾ ਹੁੰਦਾ ਉਹੀ ਕਹਿੰਦੇ ਕਹਿੰਦੇ ਆਓ ਇਹੀ ਬਸ ਜਾਓ ਉਹਨਾਂ ਨੂੰ ਉਠਾ ਲਿਆ ਜਾਂਦਾ ਹੈ ਦੋਸਤ ਦੇ ਸਾਹਮਣੇ ਕੁੜੀ ਦੇ ਨਾਲ ਬਹੁਤ ਤਰਿੰਦਗੀ ਕੀਤੀ ਜਾਂਦੀ ਹੈ ਹਾਂਜੀ ਉਹਨੂੰ ਰੇਟ ਦਾ ਸ਼ਕਾਰ ਬਣਾਇਆ ਜਾਂਦਾ ਜੀ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਅਰਾਉਡ ਦਿੱਤੀ ਜਾਂਦੀ ਹੈ ਹਾਂਜੀ ਹਾਲਤ ਐਨੀ ਮਾੜੀ ਹੁੰਦੀ ਹੈ ਕਿ ਕੁੜੀ ਜਿਹੜੀ ਹੈ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੁੜੀ ਹਾਂਜੀ ਭਾਰਤ ਹੱਲ ਗਿਆ ਹਾਂਜੀ ਦੇਸ਼ ਹੱਲ ਗਿਆ ਜੀ ਲੂਟੀਏਸ ਜ਼ੋਨ ਹਾਂਜੀ ਜਿਹਨੂੰ ਜਿੱਥੇ ਜਿੱਨੂੰ ਅਸੀਂ ਕਹਿੰਦੇ ਆ ਦਿੱਲੀ ਦਾ ਦਿਲ ਹੈ ਹਾਂਜੀ ਦੇਸ਼ ਦਾ ਦਿਲ ਹੈ ਜਿੱਥੇ ਸਾਡੇ ਵੱਡੇ ਵੱਡੇ ਮਹਾਮਹਿਮ ਦੇਸ਼ ਨੂੰ ਚਲਾਉਣ ਵਾਲੇ ਹਾਕਮ ਰਹਦੇ ਆ ਹਾਂਜੀ ਉਸ ਲੂਟੀਏ ਜ਼ੋਨ ਦੇ ਵਿੱਚ ਲੋਕ ਇਕੱਠੇ ਹੁੰਦੇ ਆ ਜੀ ਜੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਕੁੜੀਆਂ ਮੁੰਡੇ ਆਉਂਦੇ ਆ ਜੀ ਜੀ ਹਿਊਮਨ ਚੇਨਸ ਬਣਦੀ ਹੈ ਜੀ ਦੇਸ਼ ਸਟੈਂਡ ਸਟਿਲ ਹੋ ਗਿਆ ਦੇਸ਼ ਖੜ ਗਿਆ ਜੀ 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 ਹਹਾਕਾਰ ਮੱਚੀ ਸਾਰੇ ਪਾਸੇ ਜੀ ਲੜਕੀ ਨੂੰ ਹਸਪੀਟਲ ਦੇ ਲਈ ਅਲਾਜ਼ ਦੇ ਲਈ ਏਅਰ ਲਿਫਟ ਕਰਕੇ ਸਿੰਗਾਪੁਰ ਲਿ ਆਇਆ ਜਾਂਦਾ ਹੈ। ਹੂੰ। ਸਿੰਗਾਪੁਰ ਉਹਦਾ ਟ੍ਰੀਟਮੈਂਟ ਕਰਵਾਇਆ ਜਾਂਦਾ ਲੜਕੀ। ਹਾਂਜੀ। ਬੱਚੇ ਦੀ ਨਹੀਂ ਹਾਂ। ਬਚ ਨਹੀਂ ਸਕਦੀ ਉਹਦੀ ਮੌਤ ਹੋ ਜਾਂਦੀ। ਹੂੰ। ਮੇਰੇ ਯਾਦ ਹੈ। ਉਹ ਹਕੂਮਤ ਉਸ ਵੇਲੇ ਯੂਪੀਏ ਦੀ ਸੀ। ਜੀ। ਖੁਦ ਸੋਨੀਆ ਗਾਂਧੀ ਹਾਂਜੀ। ਆਹ ਰਾਹੁਲ ਗਾਂਧੀ ਵੀ ਸੜਕਾਂ ਤੇ ਆਏ ਸੀ। ਹਾਂਜੀ। ਜੇ ਐਨ ਜੀ ਦੀਆਂ ਕੁੜੀਆਂ ਮੁੰਡਿਆਂ ਨੇ ਅਗਵਾਈ ਕੀਤੀ ਸੀ। ਹਾਂਜੀ। ਬੜਾ ਕੁਝ ਹੋਇਆ ਸੀ। ਹਾਂਜੀ। ਕੱਲ ਵੀ ਜੋ ਖੁਸ਼ ਹੋਇਆ। ਜੀ। ਇਹ ਦਿੱਤੀ ਪ੍ਰੋਟੈਸਟ ਹੋਇਆ ਜੀ ਲੇਕਿਨ ਅਫਸੋਸ ਮੈਨੂੰ ਇਹ ਕਹਿਣਾ ਪਊਗਾ ਕਿ ਜਿਹੜੀ ਸਾਡਾ ਸਬਕ ਸਮਾਜ ਹੈ ਹਾਂਜੀ ਜਿਹਨੂੰ ਅਸੀਂ ਸਿਵਲ ਸੋਸਾਇਟੀ ਕਹਿੰਦੇ ਆ ਸਿਵਲ ਸੋਸਾਇਟੀ ਦੀ ਬਜਾਈ ਜੀ ਪ੍ਰੋਟੈਸਟ ਕਰਨ ਵਾਲੇ ਕੌਣ ਨੇ ਜੀ ਦਲਤ ਆਰਗੇਨਾਈਜੇਸ਼ਨਸ ਦੇ ਕੁਝ ਲੋਕ ਹਾਂਜੀ ਉਹਦੇ ਵਿੱਚ ਚੰਦਰ ਸ਼ੇਖਰ ਹਾਂ ਰਾਓ ਕਹਿੰਦੇ ਨੇ ਜਿਹਨੂੰ ਪੀਮ ਵੀ ਕਹਿੰਦੇ ਆ ਜੀ ਉਹਦੀ ਅਗਵਾਈ ਦੇ ਵਿੱਚ ਕੁਝ ਦਲਤ ਜੱਥੇਬੰਦੀਆਂ ਪ੍ਰੋਟੈਸਟ ਕਰਦੀਆਂ ਜੀ ਜੀ ਕਿ ਦੋਸ਼ੀਆਂ ਨੂੰ ਸੁਝਾਵਾਂ ਦਿਓ ਹੂੰ ਇਹ ਕੁੜੀ ਨੂੰ ਇੱਥੇ ਲਿਆਂਦਾ ਕਿਉਂ ਗਿਆ ਹੈਮਜ਼ ਦੇ ਵਿੱਚ ਕਿਉਂ ਨਹੀਂ ਲੈ ਕੇ ਜਾਂਦਾ ਜੀ ਜੀ ਇਹ ਸਾਰਾ ਕੁਝ ਹੁੰਦਾ ਹੈ ਜੀ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਹੂੰ। ਡੈੱਡ ਬੋਡੀ ਨੂੰ ਜਿਹੜਾ ਹੈਗਾ ਮੌਰਚੀ ਚੋ ਚੁੱਕ ਲਿਆ ਜਾਂਦਾ ਹੈ। ਹੂੰ। ਡੈੱਡ ਬੋਡੀ ਨੂੰ ਲਕੋ ਲਿਆ ਜਾਂਦਾ ਹੈ। ਹਾਂਜੀ। ਬਾਪ ਤੇ ਭਰਾ ਧਰਨੇ ਤੇ ਬੈਠ ਜਾਂਦੇ ਆ। ਹਾਂਜੀ। ਸਾਡੀ ਕੋਈ ਕਿੱਥੇ ਦਿਖਾਓ। ਹਾਂਜੀ। ਕੋਈ ਨਹੀਂ ਦਿਖਾਓਗੇ। ਹਾਂ। ਇਹ ਇੱਕ ਚੈਪਟਰ ਹੈ। ਹੂੰ। ਇਹਦੀ ਪਿਠਭੂਮੀ ਕੀ ਹੈ? ਹਾਂਜੀ। ਇਹਦਾ ਅਗਲਾ ਹਿੱਸਾ ਆਪਾਂ ਫਿਰ ਕਰਾਂਗੇ ਇਹਦੀ ਪਿਠਭੂਮੀ ਕੀ ਹੈ। ਹੂੰ ਹੂੰ ਹੂੰ। ਪਿਠਭੂਮੀ ਇਹ ਹੈ ਕਿ ਜਿੱਦਨ ਦੇ ਨਿਰਿੰਦ ਆਪਣੇ ਜੋਗੀ ਅਦਿੱਤਿਆਨਾਥ ਜੀ ਹਾਂ ਉੱਥੋਂ ਦੇ ਯੂਪੀ ਦੇ ਯੂਪੀ ਦੇ ਮੁੱਖ ਮੰਤਰੀ ਬਣੇ। ਜੀ। ਉਹਨੇ ਇੱਕ ਗੱਲ ਕਹੀ ਸੀ ਕਿ ਅਪਰਾਧੀਆਂ ਦੀ ਇਸ ਪ੍ਰਾਂਤ ਦੇ ਵਿੱਚ ਕੋਈ ਜਗ੍ਹਾ ਨਹੀਂ ਹਾਂ ਅਪਰਾਧੀ ਜਾਂ ਜੇਲ੍ਹ ਛੁਣਗੇ ਜਾਂ ਜਾਂ ਜਹੰਮ ਜਹੰਮ ਵਿੱਚ ਛੁਣਗੇ ਜੀ ਬੜੇ ਵੱਡੇ ਪੱਦਰ ਦੇ ਉੱਤੇ ਬਾਤ ਟਾੜ ਹੋਈ ਹੈ ਹਾਂ ਹਜ਼ਾਰਾਂ ਇਨਕਾਊਂਟਰ ਦਿਖਾਈ ਗਏ ਹਾਂ ਜੀ ਸੈਂਕੜੇ ਬੰਦੇ ਮਾਰੇ ਗਏ ਜੀ ਨਿਤ ਨਵੇਂ ਉੱਥੇ ਵਿਲਾਦਕਾਰ ਹੁੰਦੇ ਹਾਂ ਹਾਂ ਲੇਕਿਨ ਕੋਈ ਕਾਰਵਾਈ ਨਹੀਂ ਹਾਂ ਪਿਛਲੇ ਦਿਨਾਂ ਚ ਜੋਗੀ ਸਾਹਿਬ ਦਾ ਇੱਕ ਫਰਮਾਨ ਆ ਗਿਆ ਜੀ ਕੀ ਫਰਮਾਨ ਆ ਕਿ ਜਿਹੜੇ ਵਿਲਾਦਕਾਰੀ ਹੈ ਜੀ ਉਹਨਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੱਡੇ ਵੱਡੇ ਜਿਹੜੇ ਹੈਗੇ ਆ ਹੋਲਡਿੰਗਸ ਹੋਲਡਿੰਗਸ ਉਹ ਚੌਕਾਂ 'ਚ ਲਾ ਦੇ ਹਾਂ ਲੱਗਦੀ ਹੈ ਲੋਕਾਂ ਨੂੰ ਹਾਂ ਲਖਨਊ ਦੇ ਵਿੱਚ ਹਾਂਜੀ ਇੱਕ ਸੰਦੀਪ ਜაძਵ ਨਾਲ ਦਾ ਮੁੰਡਾ ਹੈ ਅੱਛਾ ਉਹ ਸਮਾਜਵਾਦੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਜੀ ਜੀ ਉਹਨੇ ਗੁਨਾਹ ਕਰ ਲਿਆ ਹਾਂ ਤੇ ਉਸ ਗੁਨਾਹ ਦੇ ਬਦਲੇ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਜੀ ਕੇਸ ਰਜਿਸਟਰ ਕਰਕੇ ਉਹਦੀ ਪੁਲਿਸ ਤਲਾਸ਼ ਕਰਦੀ ਫਿਰਦੀ ਆ ਲਵਦੀ ਫਿਰਦੀ ਆ ਸ਼ਾਇਦ ਹੁਣ ਤੱਕ ਗ੍ਰਿਫਤਾਰ ਕਰ ਲਿਆ ਹੋਵੇ ਉਹਦਾ ਕਸੂਰ ਕੀ ਸੀ ਜੀ ਕਸੂਰ ਉਹਦਾ ਇਹ ਸੀ ਕਿ ਉਹਨੇ ਤਿੰਨ ਵਿਅਕਤੀਆਂ ਦੇ ਪੋਸਟ ਲਾਤੇ ਜੀ ਯੂਪੀ ਦੇ ਚੌਕਾ ਚ ਕੌਣ ਹੈ ਉਹਨਾਂ ਦੇ ਵਿੱਚ ਇੱਕ ਦਾ ਨਾਮ ਕੁਲਦੀਪ ਸਿੰਘ ਸਿੰਗਰ ਹੈ ਹਾਂ ਕੁਲਦੀਪ ਸਿੰਘ ਸਿੰਗਰ ਕੌਣ ਹੈ ਹਾਂਜੀ ਉਨਾਵ ਦਾ ਰਹਿਣ ਵਾਲਾ ਹਾਂਜੀ ਉਹ ਐਮਐਲਏ ਸੀ ਭਾਰਤੀ ਜਨਤਾ ਪਾਰਟੀ ਦਾ ਠੀਕ ਹੈ ਐਮਐਲਏ ਸੀ ਉਹਦੇ ਪਿੰਡ ਦੀ ਇੱਕ ਲੜਕੀ ਹਾਂਜੀ ਉਹਨੂੰ ਨੌਕਰੀ ਚਾਹੀਦੀ ਸੀ ਜੀ ਠੀਕ ਹੈ ਉਹ ਕੁੜੀ ਬੇਰੋਜ਼ਗਾਰ ਸੀ ਹਾਂ ਹਾਂ ਪਰਿਵਾਰ ਗਰੀਬ ਸੀ ਹਾਂਜੀ ਨੌਕਰੀ ਲੱਭਦਿਆਂ ਕਿਸੇ ਦਾ ਸੰਪਰਕ ਹੁੰਦਾ ਹੈ ਹਾਂਜੀ ਕਿਸੇ ਬੀਬੀ ਨੇ ਕਹਿਤਾ ਤੂੰ ਫਲਾ ਆਪਣੇ ਪਿੰਡ ਦਾ ਹੈ ਬੈਲੇ ਉਹਦੇ ਕੋਲੇ ਚਲੀ ਆ ਹਾਂਜੀ ਉਹ ਤੈਨੂੰ ਨੌਕਰੀ ਦਵਾਉ ਜੀ ਉਹ ਕੁੜੀ ਉਹਦੇ ਕੋਲੇ ਜਾਂਦੀ ਹੈ ਹਾਂਜੀ ਬੇਨਤੀ ਕਰਦੀ ਹੈ ਮੈਨੂੰ ਨੌਕਰੀ ਦਵਾਓ ਹਾਂਜੀ ਉਸ ਕੁੜੀ ਦੇ ਮਜ਼ਦੂਰੀ ਦਾ ਫਾਇਦਾ ਉਠਾ ਕੇ ਉਹਨੂੰ ਰੇਪ ਕੀਤਾ ਜਾਂਦਾ ਹਾਂਜੀ ਖੱਜਲ ਕਰਦੇ ਆ ਹਾਂ ਉਹਨੂੰ ਰੇਪ ਕੀਤਾ ਜਾਂਦਾ ਉਹ ਕੁੜੀ ਆਪਣੇ ਬਾਪ ਨੂੰ ਲੈ ਕੇ ਥਾਣੇ ਜਾਂਦੀ ਹੈ ਹਾਂਜੀ ਉਹਦੀ ਕੋਈ ਸੁਣਵਾਈ ਨਹੀਂ ਹਾਂਜੀ ਉਹ ਆਪਣੇ ਬਾਪ ਨੂੰ ਲੈ ਕੇ ਲਖਨਊ ਪਹੁੰਚਦੀ ਹੈ ਹਾਂਜੀ ਜਿੱਥੇ ਮੁੱਖ ਮੰਤਰੀ ਦਾ ਦਫ਼ਤਰ ਹੈ ਮੁੱਖ ਮੰਤਰੀ ਦੀ ਹਾਇਸ਼ ਆ ਉਹ ਸੀਰੀ ਦੇ ਵਿੱਚ ਆਉਂਦੀ ਹੈ ਉਹ ਹਾਂ ਹਾਂ ਉੱਥੇ ਆਪਣੇ ਤੇ ਮਿੱਟੀ ਦਾ ਤੇਲ ਪਾ ਕੇ ਉਹ ਅਗਲਾਉਂਦਾ ਲਾਉਂਦੀ ਆਤਮ ਹੱਤਿਆ ਦਾ ਯਤਨ ਕਰਦੀ ਹੈ ਹਾਂਜੀ ਉਹਨੂੰ ਬਚਾ ਲਿਆ ਗਿਆ ਹਾਂ ਫਿਰ ਸਿਸਟਮ ਥੋੜਾ ਜਿਹਾ ਹਲਿਆ ਹਾਂ ਹਾਂ ਸਿਸਟਮ ਨੇ ਕਿਹਾ ਕੇਸ ਰਜਿਸਟਰ ਕਰਦੇ ਹਾਂ ਹਾਂਜੀ ਕੇਸ ਰਜਿਸਟਰ ਹੋ ਜਾਂਦਾ ਹੈ ਹਾਂਜੀ ਕੇਸ ਰਜਿਸਟਰ ਹੋਣ ਤੋਂ ਬਾਅਦ ਉਸ ਕੁੜੀ ਦੇ ਪਿਓ ਨੂੰ ਅਤਾਬ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਹਾਂਜੀ ਉਸ ਕੁੜੀ ਦੇ ਬਾਪ ਦੇ ਖਿਲਾਫ ਝੂਠਾ ਮੁਕਦਮਾ ਦਰਜ ਕੀਤਾ ਜਾਂਦਾ ਹੈ। ਹੂੰ 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 ਝੂਠਾ ਮੁਕਦਮਾ ਦਰਜ ਕਰਕੇ ਉਹਨੂੰ ਥਾਣੇ ਲਈ ਆਇਆ ਜਾਂਦਾ ਹੈ ਤੇ ਕਟਾਪਾ ਚੜਾਇਆ ਜਾਂਦਾ ਹੈ। ਹਾਂ ਫਿਰ ਉਹਨੂੰ ਜੇਲ੍ਹ ਦੇ ਵਿੱਚ ਭਜਵਾਇਆ ਜਾਂਦਾ ਹੈ। ਜੀ ਜੇਲ੍ਹ ਦੇ ਵਿੱਚ ਵੀ ਉਹਨੂੰ ਕਟਾਪਾ ਚੜਾਇਆ ਜਾਂਦਾ ਹੈ। ਜੀ ਹਾਲਤ ਖਰਾਬ ਹੁੰਦੀ ਹੈ। ਜੀ ਉਹਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਹਾਂ ਉਹਦੀ ਬਹੁਤ ਹੋ ਜਾਂਦੀ ਹੈ। ਹਾਂ ਉਹੀ ਕੁਲਦੀਪ ਸਿੰਘ ਸਿੰਗਰ ਜੀ ਇਸ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ। ਹਾਂ ਜੀ ਕੁਲਦੀਪ ਸਿੰਘ ਸਿੰਗਰ ਦੇ ਖਿਲਾਫ ਕੁੜੀ ਗਵਾਹ ਹੈ। ਜੀ ਜਿਹਦੇ ਨਾਲ ਹੋਈ ਬੀਤੀ ਹੈ ਤਾਂ ਹੁਣੀ ਹੋਣੀ ਸੀ। ਹਾਂ ਹਾਂ ਇੱਕ ਉਹਦਾ ਵਕੀਲ ਹੈ। ਜੀ ਇੱਕ ਉਹਦੀ ਮਾਸੀ ਹੈ ਅੱਛਾ ਇੱਕ ਉਹਦੀ ਮਾਂ ਹੈ ਜੀ ਉਹ ਸਾਰੇ ਚਾਚੀ ਤੇ ਮਾਸੀ ਕੋ ਸਹੇਜਾ ਕੁਸ਼ ਹੈ ਚਲੋ ਰਿਸ਼ਤੇ ਨੇ ਉਹ ਜਾਂਦੀ ਹੈ ਬਰੇਲੀ ਜਾਂਦੇ ਹੈ ਹੂੰ ਆਪਣੇ ਚਾਚੇ ਦੀ ਮੁਲਾਕਾਤ ਕਰਨ ਵਾਸਤੇ ਕਿਉਂਕਿ ਚਾਚੇ ਤੇ ਵੀ ਐਫ ਆਈ ਆਰ ਦਰਜ ਕਰਵਾ ਕੇ ਉਹਨੂੰ ਵੀ ਬੰਦ ਕਰਵਾਉਂਦਾ ਹਾਂ ਪੂਰੇ ਟੱਬਰ ਨੂੰ ਟੌਰਚਰ ਕਰਦਾ ਜਦੋਂ ਉਹ ਬਾਪ ਸੌਂਦੇ ਹੈ ਹਾਂ ਆਪਣੀ ਗੱਡੀ ਦੇ ਵਿੱਚ ਵਕੀਲ ਗੱਡੀ ਚਲਾਉਂਦਾ ਹੈ ਜੀ ਉਸ ਗੱਡੀ ਦੇ ਉੱਤੇ ਇੱਕ ਟਰੱਕ ਚੜਦਾ ਹੈ ਹਾਂ ਉਸ ਟਰੱਕ ਦੇ ਵਿੱਚ ਚਾਚੀ ਤੇ ਮਾਸੀ ਮਰ ਜਾਂਦੀ ਗਏ ਹਾਂਜੀ ਵਕੀਲ ਸਖਤ ਜ਼ਖਮੀ ਹੋਏ ਦਾ ਪੂਰੀ ਸਖਤ ਜ਼ਖਮੀ ਹੋਇਆ ਦੀ ਹਾਂਜੀ ਹਾ ਹਾ ਕਾਰਮਚੀਏ ਜੀ ਟੀਵੀ ਦੇ ਨਾਲ ਦੇ ਉਤੇ ਖਬਰਾਂ ਆਉਂਦੀਆਂ ਹਨ ਹਾਂਜੀ ਫਿਰ ਦੇਸ਼ ਦੀ ਸੁਪਰੀਮ ਕੋਰਟ ਨੋਟਿਸ ਲੈਦੀ ਹੈ ਹਮ ਦੇਸ਼ ਦੀ ਸੁਪਰੀਮ ਕੋਰਟ ਇਮੀਡੀਏਟ ਹੁਕਮ ਕਰਦੀ ਹੈ ਕੇ ਇਸ ਕੁੜੀ ਨੂੰ ਐਮਜ ਪਹਚਾਇਆ ਜਾਵੇ ਹਾਂਜੀ ਉਹਦੇ ਵਕੀਲ ਨੂੰ ਐਮਜ ਪਹਚਾਇਆ ਜਾਵੇ ਹਾਂਜੀ ਹੁਣ ਉਹਨੂੰ ਐਮਜ ਪਹਚਾਇਆ ਜਾਂਦਾ ਹੈ ਜੀ ਸਾਰੇ ਮੁਕੱਦਮੇ ਜਿਹੜੇ ਹੈਗੇ ਆ ਉਹ ਕੁਲਦੀਪ ਸਿੰਘ ਸਿੰਗਰ ਦੇ ਖਿਲਾਫ ਇਹਨਾਂ ਨਾਲ ਰਿਲੇਟਡ ਉਹ ਸਾਰੇ ਦੇ ਸਾਰੇ ਮੁਕੱਦਮੇ ਜਿਹੜੇ ਹੈਗੇ ਆ ਯੂਪੀ ਤੋਂ ਸ਼ਿਫਟ ਕਰਕੇ ਹਾਂਜੀ ਦਿੱਲੀ ਲੈ ਜਾਂਦੇ ਜਾਂਦੇ ਹਾਂਜੀ ਦਿੱਲੀ ਲੈ ਕੇ ਉਹਨਾਂ ਦਾ ਫਿਰ ਫੈਸਲਾ ਹੁੰਦਾ ਹਾਂ ਕੁਲਦੀਪ ਸਿੰਘ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਠੀਕ ਹੈ ਇੱਕ ਹੋਰ ਹੈ ਹਾਂ ਉਹ ਸਾਧ ਹੈ ਜੀ ਸਾਧ ਪਾਰਲੀਮੈਂਟ ਦਾ ਮੈਂਬਰ ਹੈ ਭਾਰਤੀ ਜਨਤਾ ਪਾਰਟੀ ਦਾ ਹਾਂ 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 ਨਾਂ ਕੀ ਹੈ ਚਨਮੇਰ ਆਨੰਦ ਹਾਂ ਚਨਮੇਰ ਆਨੰਦ ਸਾਧ ਹੈ ਹਾਂ ਚੈਰੀਟੇਬਲ ਟਰਸਟ ਬਣਾਏ ਹੋਏ ਹਾਂ ਜੀ ਇੱਕ ਉਹਨੇ ਕੋਈ ਕਾਲਜ ਵੀ ਬਣਾਇਆ ਵੈ ਹਾਂ ਉਸ ਕਾਲਜ ਦੇ ਵਿੱਚ ਇੱਕ ਲੜਕੀ ਸਟੂਡੈਂਟ ਹੈ ਜੀ ਉਹ ਲੜਕੀ ਪੜਦੀ ਹੈ ਹਾਂ ਲੜਕੀ ਨੂੰ ਬੁਲਾਉਂਦਾ ਹੈ ਜੀ ਮੇਰੀ ਮਾਲਿਸ਼ ਕਰ ਉਹ ਉਹ ਤਾਂ ਮਾਲਿਸ਼ ਕਰਵਾਉਂਦਾ ਮਾਲਿਸ਼ ਕਰਾਉਂਦਾ ਕਰਾਉਂਦਾ ਜੀ ਉਸ ਲੜਕੀ ਦੀ ਇੱਜ਼ਤ ਤੱਕ ਪਹੁੰਚ ਜਾਂਦਾ ਹੈ ਹਾਂਜੀ ਉਹ ਲੜਕੀ ਆਪਣੇ ਦੋਸਤ ਨਾਲ ਗੱਲ ਕਰਦੀ ਹੈ ਜੀ ਦੋਸਤ ਦੀ ਮਦਦ ਦੇ ਨਾਲ ਉਹ ਕੋਈ ਲੈਨਸ ਦਾ ਪ੍ਰਬੰਧ ਕਰਦੀ ਹੈ ਜੀ ਅਜੇ ਹੀ ਲੈਨਸ ਜਿਹੜੇ ਸਾਰੀ ਸਾਰੀ ਵੀਡੀਓਗ੍ਰਾਫੀ ਬਣਾ ਲੈ ਠੀਕ ਹੈ ਕੋ ਕਰਮ ਦੀ ਵੀਡੀਓਗ੍ਰਾਫੀ ਬਣਦੀ ਹੈ ਜੀ ਉਹ ਕੁੜੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਜ਼ਾਹਰ ਕਰਦੀ ਹੈ ਹਾਂਜੀ ਸਾਧ ਦੇ ਖਿਲਾਫ ਕੇਸ ਰਜਿਸਟਰ ਹੋ ਜਾਂਦਾ ਥੋੜੇ ਸਮੇਂ ਬਾਅਦ ਹੀ ਹਾਂਜੀ ਉਹ ਲੜਕੀ ਦੇ ਖਿਲਾਫ ਤੇ ਉਹਦੇ ਦੋਸਤ ਦੇ ਖਿਲਾਫ ਵੀ ਕੇਸ ਰਜਿਸਟਰ ਹੋ ਜਾਂਦਾ ਹੈ ਯੂਪੀ ਦੇ ਵਿੱਚ ਇਹ ਯੂਪੀ ਦੀ ਅਗਲ ਹੈ ਯੂਪੀ ਦੀ ਉਹਨਾਂ ਨੂੰ 20 ਸਿੱਟ ਦਿੱਤਾ ਹੈ ਜੀ ਸਾਧ ਜ਼ਮਾਨਤ ਤੇ ਬਾਹਰ ਆਇਆ ਹਾਂ ਇੱਕ ਹੋਰ ਵਿਅਕਤੀ ਹੈ ਹਾਂ ਜਿਹਦਾ ਨਾਂ ਹੈਗਾ ਸ਼ਿਆਮ ਕ੍ਰਿਸ਼ਨ ਦਰਵੇਦੀ ਹਮ ਸ਼ਿਆਮ ਕ੍ਰਿਸ਼ਨ ਦਰਵੇਦੀ ਦੇਤੇ ਵੀ ਇਹ ਇਲਜ਼ਾਮ ਹੈ ਹਾਂ ਕਿ ਉਹਨੇ ਵੀ ਕਿਸੇ ਲੜਕੀ ਨੂੰ ਆਪਣੀ ਹੱਥ ਦਾ ਸ਼ਿਕਾਰ ਬਣਾਇਆ ਜੀ ਇੱਕ ਕੈਦੀ ਹੈ ਹਾਂ ਦੋ ਜਿਹੜੇ ਹੈਗੇ ਆ ਕਥਤ ਦੋਸ਼ੀ ਹੈ ਜੀ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਚੱਲਦੇ ਆ ਹਾਂ ਸੰਦੀਪ ਯਾਦਵ ਨੇ ਹਾਂ ਇਹਨਾਂ ਦਾ ਪੋਸਟਰ ਲਾਤਾ ਲਾਤਾ ਜੀ ਠੀਕ ਹੈ ਉਹਨੇ ਕਿਹਾ ਕਿ ਜੋਗੀ ਅਦਿੱਤਿਆਨਾਥ ਨੇ ਕਿਹਾ ਬਲੱਤ ਕਾੜ ਕੇ ਤੇ ਪੋਸਟਰ ਲਾ ਦਿਓ ਬਜ਼ਾਰਾਂ 'ਚ ਉਹਨੇ ਲਾਤੇ ਉਹਨੇ ਲਾਤਾ ਹਾਂ ਲੇਕਿਨ ਜੋਗੀ ਦੀ ਸਰਕਾਰ ਹਾਂਜੀ ਜੋਗੀ ਦੀ ਪੁਲਿਸ ਦੇ ਖਿਲਾਫ ਕੇਸ ਰਜਿਸਟਰ ਕਰਦੀ ਹੈ ਹਾਂ ਔਰ ਉਹਨੂੰ ਗਿਫਟਾਰ ਕਰਦੀ ਹੈ ਹਾਂਜੀ ਜਿਸ ਸੂਬੇ ਦੀ ਹਾਲਤੇ ਹੋਵੇ ਹਾਂਜੀ ਜਿੱਥੇ ਹਜ਼ਾਰਾਂ ਲੋਕ ਮਾਰੇ ਗਏ ਹੋ ਜੀ ਜੀ ਉੱਥੇ ਉਹਨੇ ਲੜਕੀ ਮਰ ਗਈ ਹਾਂ ਇਹ ਲੜਕੀ ਮਰੀ ਪਈ ਹੈ ਹਾਂਜੀ ਓਦੀ ਡੈੱਡ ਬੋਡੀ ਲੁਕੋਤੀ ਹੂੰ ਉਹ ਤੋਂ ਬਾਅਦ ਬਾਪੇ ਰੋਂਦੇ ਆ ਪਿੱਟਦੇ ਆ ਫਿਰ ਪਤਾ ਲੱਗਦਾ ਕਿ ਡੈੱਡ ਬੋਡੀ ਨੂੰ ਲੈ ਕੇ ਹਾਥਰਸ ਨੂੰ ਚਲਿਆ ਗਿਆ ਹਾਂ ਪਰਿਵਾਰ ਸ਼ਿਫ ਭਜਦਾ ਹੈ ਹਾਥਰਸ ਵਾਲੇ ਪਾਸੇ ਨੂੰ ਜੀ ਪਿੰਡ ਦੇ ਲੋਕ ਭਜਦੀ ਜੀ 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 ਪਿੰਡ ਦੇ ਲੋਕਾਂ ਦੀ ਗੈਰ ਮੌਜੂਦਗੀ ਦੇ ਵਿੱਚ ਜੀ ਉਸ ਕੁੜੀ ਦਾ ਸੰਸਕਾਰ ਕਰਨ ਦਾ ਇੰਤਜ਼ਾਮ ਹੋ ਗਿਆ ਹਾਂ ਮਾਪੇ ਜੋਰ ਲਾਉਂਦੇ ਹੈ ਜੀ ਮਾਂ ਜਿਹੜੀ ਹੈ ਜੀਪ ਜਿਹੜੀ ਐਂਬੂਲੈਂਸ ਦੇ ਮੂਰੇ ਲਿਟਦੀ ਹੈ ਹਾਂ ਭਰਾ ਬਾਰਸ ਜਿਹੜੇ ਉਹ ਆਰਗੂ ਕਰਦੇ ਹੈ ਹਾਂ ਕਿਹਦੇ ਨਾਲ ਆਰਗੂ ਕਰਦੇ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਨਾਲ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਤੇ ਸਿਸਟਮ ਦਾ ਕ੍ਰੂਪ ਚਿਹਰਾ ਦੇਖੋ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਪੀੜਿਤ ਕੁੜੀ ਦੇ ਭਰਾ ਨੂੰ ਕਹਿੰਦਾ ਹੈ ਨੇਤਾਗिरी मत ਕਰ ਨੇਤਾ ਨਾ ਬਣ ਮੈਨੂੰ ਸਵਾਲ ਨਾ ਕਰ ਹਮਮ ਔਰ ਫਿਰ ਸਵੇਰੇ ਅੱਜ ਸਵੇਰੇ 3 ਵਜੇ ਹਾਂਜੀ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਜੀ ਪਰਿਵਾਰ ਦੀ ਵਿਰੋਧਤਾ ਦੇ باوجود ਹਾਂਜੀ ਉਸ ਲੜਕੀ ਦਾ ਸੰਸਕਾਰ ਕੌਣ ਕਰਦੀ ਹੈ ਪੁਲਿਸ ਪੁਲਿਸ ਕਰਦੀ ਕਿਹਦੀ ਮੌਜੂਦਗੀ ਦੇ ਵਿੱਚ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਮੌਜੂਦਗੀ ਕੀਤੀ ਜਿਹਨੂੰ ਅਸੀਂ ਪੰਜਾਬ ਦੇ ਡਿਪਟੀ ਕਮਿਸ਼ਨਰ ਕਾਇਦ ਨੇ ਜੀ ਸਾਡਾ ਜਿਹੜਾ ਭਾਰਤੀ ਸੱਭਿਆਚਾਰ ਹੈ ਜੀ ਭਾਰਤੀ ਸੰਸਕ੍ਰਿਤੀ ਹੈ ਹਾਂਜੀ ਇਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਕਿਸੇ ਦਾ ਰਾਤ ਨੂੰ ਸੰਸਕਾਰ ਕੀਤਾ ਜਾਵੇ ਬਿਲਕੁਲ ਹਾਂ ਸਾਡਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਰਾਤ ਨੂੰ ਪੋਸਟਮਾਰਟਮ ਵੀ ਹੋਵੇ ਹਾਂਜੀ ਲੇਕਿਨ ਰਾਤਾਂ ਨੂੰ ਸੰਸਕਾਰ ਹੁੰਦੇ ਰਹੇ ਜੀ ਬਾਕੀ ਭਾਰਤ ਨੂੰ ਹੁਣ ਪਤਾ ਲੱਗਦਾ ਹੈ ਹਾਂ ਪੰਜਾਬ ਦੇ ਵਿੱਚ ਬੜੇ ਸੰਸਕਾਰ ਹੋਏ ਹੈ ਹਾਂ ਪੰਜਾਬ ਦੇ ਵਿੱਚ ਕਾਲੀਆਂ ਰਾਤਾਂ ਦੇ ਵਿੱਚ ਹਾਂਜੀ ਬੇਗੁਨਾਹਾਂ ਨੂੰ ਚੁੱਕਿਆ ਜਾਂਦਾ ਸੀ ਮੁੰਡਿਆਂ ਦਾ ਹਾਕ ਜ ਉਹਨਾਂ ਨੂੰ ਮਾਰਿਆ ਜਾਂਦਾ ਸੀ ਜਿੰਦਾ ਬੰਦਿਆਂ ਨੂੰ ਲਾਸ਼ਾਂ 'ਚ ਤਬਦੀਲ ਕੀਤਾ ਜਾਂਦਾ ਸੀ ਹਾਂਜੀ ਰਾਤਾਂ ਨੂੰ ਉਹਨਾਂ ਨੂੰ ਆ ਕੇ ਪੱਟੀਆਂ ਦੇ ਵਿੱਚ ਸਾੜਿਆ ਜਾਂਦਾ ਸੀ। ਓਹੋ ਹੋ। ਸ਼ਮਸ਼ਾਨ ਘਾਟਾਂ ਦੇ ਵਿੱਚ ਪੱਟੀਆਂ ਬੜਾਈਆਂ ਹੋਈਆਂ ਸੀ। ਓਹੋ ਹੋ। ਮੈਂ ਤੁਹਾਨੂੰ ਦੇਖਾਂ ਤੁਸੀਂ ਜੇ ਕਦੇ ਸ਼ਮਸ਼ਾਨ ਘਾਟ ਜਾਓ। ਹਾਂਜੀ। ਸਾਡੇ ਬਿਠੰਡੇ ਜਿਹੜਾ ਰਾਮ ਬਾਗ ਹੈ। ਉੱਥੇ ਵੀ ਦੋ ਪੱਟੀਆਂ ਬਣੀਆਂ। ਓਹੋ। ਇਹ ਪੱਟੀਆਂ ਵੀ ਉਸੇ ਦੌਰ ਦੀਆਂ। ਜੀ। ਬਹੁਤ ਸਾਰਾ ਕੁਝ ਹੋਇਆ ਸੀ। ਕੌਣ ਸੀ ਉਹ ਬੰਦੇ? ਹਾਂ। ਉਹ ਬੰਦੇ ਅਣਪਛਾਤੇ ਸੀ। ਜੀ। ਅਣਪਛਾਤੇ ਬੰਦੇ ਕਹਿ ਕੇ ਉਹਨਾਂ ਨੂੰ ਡਿਕਲੇਅਰ ਕਰਕੇ ਮਾਰ ਦਿੱਤਾ। ਹਾਂ। ਲੇਕਿਨ ਉਹ ਅਣਪਛਾਤੇ ਨਹੀਂ ਸੀ। ਜਸਵੰਤ ਸਿੰਘ ਖਾਲੜਾ ਨੇ ਪੜਤਾਲ ਕੀਤੀ। ਹਾਂਜੀ ਜਸਵੰਤ ਸਿੰਘ ਖਾਲਰਣ ਲੈ ਕੇ ਦਿਖਾਇਆ ਕਿ ਇਹ ਅਣਪਛਾਤੇ ਦੀ ਫਲਾਪ ਲა ਹੈ ਹਾਂ ਨਤੀਜਾ ਕੀ ਹੋਇਆ ਜਸਵੰਤ ਸਿੰਘ ਖਾਲਰਣ ਨੂੰ ਵੀ ਅਣਪਛਾਤੇ ਬਣਾਤਾ ਬਣਾਤਾ ਉਹਦੀ ਡੈੱਡ ਬਡੀ ਅਜੇ ਤੱਕ ਨਹੀਂ ਮਿਲੀ ਹਾਂ ਫਲਾਪ ਹੋਵੇ ਉਹਨਾਂ ਦੀ ਰਿਐਕਸ਼ਨ ਕਮੇਟੀ ਹੈ ਜੀ ਉਹਦੀ ਪਤਨੀ ਹੈ ਜਿਨ੍ਹਾਂ ਨੇ ਪੈਰਵੀ ਕੀਤੀ ਜੀ ਜੀ ਕਿ ਕੁਝ ਦੋਸ਼ੀ ਜਿਲ੍ਹੇ ਦੇ ਵਿੱਚ ਬੰਦੇ ਹੈ ਜੀ ਉਹ ਅੱਜ ਕੱਲ੍ਹ ਕੈਦ ਘਟ ਰਹੀ ਹੈ ਹਾਂ ਇਹੀ ਸਥਿਤੀ ਅਸੀਂ ਦੇਖੀ ਤਾਂ ਅਨਾਉ ਦੇ ਵਿੱਚ ਇਹ ਹਾਸਥਰਸ ਦੇ ਵਿੱਚ ਵੀ ਹੋਇਆ ਹਾਂ ਉਸ ਕੁੜੀ ਨੂੰ ਹਨੇਰੀ ਰਾਤ ਦੇ ਵਿੱਚ ਹੂਟ ਤੇ ਹੈ ਮੇਰੇ ਖਿਆਲ ਮੁਤਾਬਿਕ ਇਹ ਦੂ ਕੂਪ ਤੇ ਰਾਣੀ ਮੈਂ ਜ਼ਿਕਰ ਕੀਤਾ ਸੀ ਨਿਰਭੈਆ ਕਾਂਡ ਦਾ ਨਿਰਭੈਆ ਕਾਂਡ ਦਿੱਲੀ ਦੇ ਵਿੱਚ ਸਾਰੀ ਸਿਵਲ ਸੁਸਾਇਟੀ ਬਾਹਰ ਆ ਗਈ ਸੀ ਲੇਕਿਨ ਅਫਸੋਸ ਹੈ ਕਿ ਹੁਣ ਸਿਵਲ ਸੁਸਾਇਟੀ ਬਾਹਰ ਆਉਣਾ ਚਾਹੀਦਾ ਸੀ ਜੀ ਲੇਕਿਨ ਸਿਵਲ ਸੁਸਾਇਟੀ ਨਹੀਂ ਨਿਕਲ ਰਹੀ ਜੀ ਦੇਸ਼ ਤੇ ਵਕਫ ਵਕਫ ਸੈਂਟ ਪ੍ਰੋਟੈਸਟ ਹੋ ਰਹੇ ਹਨ ਹਾਂ ਮੁਜਾਰੇ ਹੋ ਰਹੇ ਹਨ ਲਖਨਊ ਦੇ ਵਿੱਚ ਹੋ ਰਹੇ ਹਨ ਦਿੱਲੀ ਚ ਹੋ ਰਹੇ ਹਨ ਉਸ ਇਲਾਕੇ ਚ ਹੋ ਰਹੇ ਜਿਹਦੇ ਤਾਜ਼ਾ ਤਾਜ਼ਾ ਖਬਰ ਆ ਰਹੀ ਹੈ ਹਾਂ ਔਰ ਕੰ ਕ ਕਰ ਕੌਂ ਰਹੇ ਹੈ ਸਿਰਫ ਤੇ ਸਿਰਫ ਦਲਤਪਾਈ ਚਾਰੇ ਮਿਲੋ ਹਾਂ ਇਹ ਇੱਕ ਗੁਨਾਹ ਹੈ ਇਹ ਕਪਰਾਧ ਹੈ ਕੀ ਦੇ ਖਿਲਾਫ ਹੈ ਮਨੁੱਖਤਾ ਦੇ ਖਿਲਾਫ ਹੈ ਸੋ ਕੋ ਮੰਦਾ ਆਖੀਏ ਜਿੱਤ ਜ ਮੇਰਾ ਜਨਮ ਦੇ ਨਾਨਕ ਨਹੀਂ ਗੱਲ ਕੀਤੀ ਇੱਕ ਬੱਚੀ ਦੇ ਖਿਲਾਫ ਕਿ ਰਾਜਾ ਨੂੰ ਜਨਮ ਦਿਨ ਵਾਲੀ ਦੇ ਨਾਲ ਇਹ ਕੁਛ ਕੀ ਹੁੰਦਾ ਹੈ ਇੱਕ ਬੱਚੀ ਦੇ ਨਾਲ ਇਹਨਾ ਕੁਛ ਹੁਣ ਇੱਥੇ ਵੱਡਾ ਸਵਾਲ ਖੜਾਏ ਹੁੰਦਾ ਹੈ ਖੁਸ਼ਵੀਰ ਜੀ ਕਿ ਅਜਿਹੇ ਘਟਨਾਵਾਂ ਨੂੰ ਵਾਪਰ ਤੋਂ ਪੁਲਿਸ ਰੋਕ ਕਿਉਂ ਨਹੀਂ ਸਕਦੀ ਜੀ ਇੱਥੇ ਮੈਂ ਵੀ ਦੱਸ ਦਿੰਦਾ ਹਾਂ ਕਿ ਜਿੰਨਾ ਲੋਕਾਂ ਨੇ ਉਸ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਉਹ ਇੱਕ ਖਾਸ ਪਾਰਟੀਕੂਲਰ ਕਮਿਊਨਿਟੀ ਦੇ ਨਾਲ ਸੰਬੰਧਿਤ ਹੈ ਇੱਕ ਵਿਸ਼ੇਸ਼ ਪਾਈਚਾਰੇ ਨਾਲ ਸੰਬੰਧਿਤ ਹੈ ਜਿਸ ਪਾਈਚਾਰੇ ਦੇ ਨਾਲ ਜੋਗੀ ਅਦਿੱਤਿਆਨਾਥੀ ਸੰਬੰਧਿਤ ਹੈ ਪਿਛਲੇ ਦਿਨਾਂ ਦੇ ਵਿੱਚ ਦੂਬੇਣਾ ਦੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਜੀ ਵਿਕਾਸ ਦੂਬੇਸ਼ੀਓ ਦਾ ਨਾਮ ਹਾਂ ਇਹ ਕਹਿ ਸੀਗਾ ਜੀ ਦਾ ਅਨਕਾਉਂਟਰ ਹੋ ਗਿਆ ਜੀ ਅ ਕੱਲ ਪਰਸੂ ਫਿਰ ਖਬਰ ਆਈ ਹੈ ਕਹਿੰਦੇ ਇੱਕ ਹੋਰ ਗੱਡੀ ਉਲਟੀ ਗਈ ਹਾਂ ਉੱਥੇ ਵੀ ਕਹਿੰਦੇ ਅਨਕਾਉਂਟਰ ਹੋ ਗਿਆ ਮਰ ਗਿਆ ਬੰਦਾ ਉਹਦੇ ਚ ਇਨਕਾਉਂਟਰ ਕਹਿ ਦਿੰਦੇ ਹਾਂ ਮਾਰ ਕੇ ਬੰਦੇ ਨੂੰ ਇਨਕਾਉਂਟਰ ਕਹਿ ਦਿੰਦੇ ਐ ਇਨਕਾਉਂਟਰ ਬਣਾਇਆ ਗਿਆ ਕਿਹਾ ਗਿਆ ਕਿ ਜੀ ਗੱਡੀ ਉਲਟੀ ਸੀ ਤੇ ਗੱਡੀ ਦੇ ਵਿੱਚੋਂ ਭੱਜ ਗਿਆ ਜੀ ਵਿਕਾਸ ਦੂਬੇ ਤੋਂ ਬਾਅਦ ਜੀ ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਜੀ ਕੀ ਚਰਚਾ ਹੋ ਰਹੀ ਹੈ ਕਿ ਜਿਹੜੇ ਗੈਰ ਠਾਕੁਰ ਲੋਕ ਹੈ ਉਹਨਾਂ ਨੂੰ ਮੁਕਾਬਲੇ 'ਚ ਮਰਿਆ ਜਾਂਦਾ ਹੈ ਜੀ ਖਾਸ ਕਰਕੇ ਜਿਹੜੀ ਬ੍ਰਾਹਮਣ ਬ੍ਰਾਹਮਣ ਕਮਿਊਨਿਟੀ ਹੈ ਬ੍ਰਾਹਮਣ ਕਮਿਊਨਿਟੀ ਨੂੰ ਸ਼ਿਕਾਰ ਬਣਾਇਆ ਜਾਂਦਾ ਵਿਕਾਸ ਦੂਬੇ ਦੀ ਗੱਲ ਕਰਕੇ ਗੱਲ ਕਹੀ ਸੀ ਇਹ ਬੜਾ ਕੁਝ ਹੋ ਰਿਹਾ ਉੱਥੇ ਜੀ ਲੇਕਿਨ ਜੇ ਪੁਲਿਸ ਨੇ ਇਹ ਘਟਨਾਕਰਮ ਵਾਪਰ ਤੋਂ ਰੋਕਿਆ ਨਹੀਂ ਤੇ ਕਿਉਂ ਨਹੀਂ ਰੋਕਿਆ ਇਹਦਾ ਕਾਰਨ ਹੈ ਕਿਉਂਕਿ ਇਹਨਾਂ ਦੋਨਾਂ ਪਰਿਵਾਰਾਂ ਦੀ ਕੋਈ ਪੁਰਾਣੀ ਦੁਸ਼ਮਣੀ ਚੱਲਦੀ ਆਉਂਦੀ ਹੈ ਠੀਕ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ ਜੀ ਉਸ ਕੁੜੀ ਨੂੰ ਹਫਸ ਦਾ ਸ਼ਿਕਾਰ ਇਸ ਕਰਕੇ ਨਹੀਂ ਬਣਾਇਆ ਜੀ ਕਿ ਉਹਨਾਂ ਲੋਕਾਂ ਨੂੰ ਕੋਈ ਸਰੀਰਕ ਭੁੱਖ ਸੀ ਹਾਂ ਉਹਨਾਂ ਨੇ ਇੱਕ ਦੁਸ਼ਮਣੀ ਦੀ ਭਾਵਨਾ ਦੇ ਨਾਲ ਉਸ ਕੁੜੀ ਨੂੰ ਹਫਸ ਦਾ ਸ਼ਿਕਾਰ ਬਣਾਇਆ ਉਹਨੂੰ ਟਾਰਚਰ ਕੀਤਾ ਉਹਦੀ ਜੀਭ ਕੱਟੀ ਜਦੋਂ ਇਹ ਮਾਮਲਾ ਸਾਹਮਣੇ ਆ ਗਿਆ ਸੀ ਪੁਲਿਸ ਨੇ ਫੌਰਨ ਪ੍ਰਬੰਧ ਕਿਉਂ ਨਾ ਕੀਤਾ ਉਸ ਲੜਕੀ ਨੂੰ ਬਚਾਉਣ ਦਾ ਤੁਰੰਤ ਯਤਨ ਕਿਉਂ ਨਹੀਂ ਕੀਤਾ ਜਦੋਂ ਪੁਲਿਸ ਦੇ ਸਾਹਮਣੇ ਆ ਗਈ ਸੀ ਕਿ ਸਥਿਤੀ ਇੰਨੀ ਗੰਭੀਰ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਕਾਹਦੀ ਖਤਰ ਹੁੰਦਾ ਹੈ ਇੱਕ ਲੜਕੀ ਦਾ ਮਾਮਲਾ ਉਹਨੂੰ ਵੀ ਸਕੰਦਾ ਪਤਾ ਸੀ ਕਿ ਇਹ ਮਾਮਲੇ ਦੇ ਵਿੱਚ ਥੂਤ ਹੋਊਗੀ ਅੱਜ ਯੂਪੀ ਦੇ ਸ਼ਾਸਨ ਤੇ ਪ੍ਰਸ਼ਾਸਨ ਦੀ ਸਾਰੇ ਪਾਸੇ ਥੂਤ ਹੋ ਰਹੀ ਹੈ ਪਰ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਉਸ ਪਾਰਟੀ ਦਾ ਲੀਡਰ ਹੈ ਜਿਹੜੀ ਕਹਿੰਦੀ ਸੀ ਵੱਖਰੀ ਨਿਆਰੀ ਜੀ ਪਾਰਟੀ ਹੋ ਸਾਡੀ ਪਾਰਟੀ ਦਾ ਜੇ ਰਾਜ ਭਾਗ ਆਉਂਦਾ ਹੈ ਤਾਂ ਇਹ ਵੱਖਰਾ ਹੋਊ ਕਿਉਂਕਿ ਜੀ ਸਾਡੀ ਪਾਰਟੀ ਦਾ ਚਾਲ ਚਰਿੱਤਰ ਤੇ ਚਿਹਰਾ ਜਿਹੜਾ ਉਹ ਨਿਆਰਾ ਹੈ ਉਹ ਅਲੱਗ ਹੈ ਦੂਜੇ ਨਾਲ ਜਿਆਹੀ ਚਾਲ ਚਰਿੱਤਰ ਤੇ ਚਿਹਰਾ ਇਸ ਪਾਰਟੀ ਦਾ ਜੇ ਇੱਕ ਜੋਗੀ ਇੱਕ ਸਾਧ ਹਾਂ ਇੱਕ ਸਾਧ ਦੀ ਦੀ ਹਕੂਮਤ ਦੇ ਵਿੱਚ ਇਹ ਕੁਝ ਹੋ ਰਿਹਾ ਹੈ ਤਾਂ ਅਸੀਂ ਕਿਹਨੂੰ ਕਹਾਂਗੇ ਗੁਨਾਹਗਰ ਮੈਂ ਇਹ ਕਹੂੰਗਾ ਇਹ ਸਿਸਟਮ ਦਾ ਕਰੂਪ ਕੀ ਰਿਹਾ ਹੈ ਇਹ ਸਿਸਟਮ ਹੈ ਜਿਹੜਾ ਬੜਾ ਬੇਲਿਹਾਜ਼ ਹੈ ਜਿੱਥੇ ਗਰੀਬ ਬੰਦੇ ਦੇ ਨਾਲ ਮਜ਼ਲੂਮ ਦੇ ਨਾਲ ਔਰਤਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਬੱਚਿਆਂ ਦੇ ਨਾਲ ਇਸ ਕਿਸਮ ਦੇ ਅਪਰਾਧ ਹੁੰਦੇ ਨੇ ਢਿੱਲੋਂ ਸਾਹਿਬ ਜੋ ਚਾਰੇ ਪਾਸੇ ਖਬਰਾਂ ਨੇ ਗਰੀਬ ਦੀ ਨਹੀਂ ਸੁਣੀ ਜਾ ਰਹੀ ਘੱਟ ਗਿਣਤੀ ਦੀ ਨਹੀਂ ਸੁਣੀ ਜਾ ਰਹੀ ਕਿਸਾਨ ਦੀ ਨਹੀਂ ਸੁਣੀ ਜਾ ਰਹੀ ਪਰ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਸੜਕਾਂ ਤੇ ਐ ਰੇਲ ਪਟੜੀਆਂ ਤੇ ਐ ਹਰ ਜਗ੍ਹਾ ਜੇ ਅਸੀਂ ਇੱਕ ਵੇਲੇ ਵੀ ਕਿਤੇ ਜਾਂਦੇ ਆ ਨਾ ਕੋਈ ਬੱਸ ਮੁੜੀ ਆਉਂਦੀ ਵੀ ਨੌਜਵਾਨ ਕਿਸਾਨ ਨਾਰੇ ਲਾ ਰਿਹਾ ਵੀ ਆਪਦੇ ਹੱਕ ਲੈ ਕੇ ਰਾਂਗੇ ਸਾਡੀ ਸੁਣੋ ਸਾਡੀ ਸੁਣੋ ਪਰ ਇੱਕ ਝਾਤ ਤੁਸੀਂ ਵੀ ਇਸ ਤੇ ਪਾਓ ਕਿ ਇਹਦੇ ਵਿਰੋਧ ਦਾ ਜਿਹੜਾ ਦਾਇਰਾ ਹੈ ਉਹ ਕਿੰਨਾ ਕੁ ਵਿਸ਼ਾਲ ਹੋ ਰਿਹਾ ਇਸ ਵਕਤ ਆਪਣੇ ਮੁਲਕ ਦੇ ਵਿੱਚ ਖਾਸ ਤੌਰ ਤੇ ਪੰਜਾਬ ਅਰਹਣਾ ਦੇ ਵਿੱਚ ਤਾਂ ਹੋ ਹੀ ਰਿਹਾ ਹੈ ਖੁਸ਼ਵਿਰ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਦੈਰਾ ਕਿੰਨਾ ਕੁ ਵਿਸ਼ਾਲ ਹੋਉਂਦਾ ਹੈ ਦੈਰਾ ਦੈਰਾ ਵਿਸ਼ਾਲ ਕਰਨਾ ਪੈਂਦਾ ਹੈ ਜਦੋਂ ਲੋਕ ਮਰਨ ਮੰਡਲੇ ਹਾਂ ਜਦੋਂ ਲੋਕ ਲੜਾਈ ਵਾਸਤੇ ਬਾਜ਼ਾਰਾਂ ਚ ਨਿਕਲ ਪੈਣ ਜਦੋਂ ਲੋਕ ਸੜਕਾਂ ਤੇ ਨਿਕਲ ਪੈਣ ਜਦੋਂ ਜਨਤਾ ਜਨਾਰਦਨ ਨਿਕਲਦੀ ਹੈ ਨਾ ਉਹਦੇ ਵੱਡੇ-ਵੱਡੇ ਨੂੰ ਜਿਹੜੀਆਂ ਦੰਦਲਾਂ ਪੈ ਜਾਂਦੀਆਂ ਸਹੀ ਹੈ ਅਸੀਂ ਜ਼ਿਕਰ ਕੀਤਾ ਸੀ ਕੱਲ ਕਿ ਇੱਕ ਟਰੈਕਟਰ ਨੂੰ ਅੱਗ ਲੱਗੀ ਜੀ ਟਰੈਕਟਰ ਨੂੰ ਅੱਗ ਲਾਉਣ ਦਾ ਕਿੰਨਾ ਅਸਰ ਹੋਇਆ ਜੀ ਮੈਂ ਕੱਲ ਹੀ ਕਿਹਾ ਸੀ ਕਿ ਭਾਰਤ ਦੇ ਨੈਸ਼ਨਲ মিডিਆ ਨੇ 25 ਤਾਰੀਖ ਦੇ ਕਿਸਾਨਾਂ ਵੱਲੋਂ ਦਿੱਤੇ ਬੰਦ ਨੂੰ ਜੀ ਪੂਰੀ ਤਰ੍ਹਾਂ ਇਗਨੋਰ ਕੀਤਾ ਜੀ ਲੇਕਿਨ ਹਾਂ ਕੱਲ ਇਸੇ ਅੰਦੋਲਨ ਨੂੰ ਪ੍ਰਚਾਰਿਤ ਕਰਨਾ ਪ੍ਰਸਾਰਤ ਕਰਨਾ ਭਾਰਤ ਦੇ ਨੈਸ਼ਨਲ মিডিਆ ਦੀ ਮਜਬੂਰੀ ਬਣ ਗਈ। ਮਤਲਬ ਟੀਰ ਨਿਸ਼ਾਨੇ ਤੇ ਗਿਆ। ਮਜਬੂਰੀ ਬਣ ਗਈ। ਜਿਹੜੀ ਗੱਲ ਅਸੀਂ ਕੱਲ ਕਹੀ ਸੀ ਕਿ ਕੀ ਇਹ ਫੁਕੜਾ ਕਰਦੀ ਹੈ? ਹਾਂ ਜਾਂ ਉਹਨਾਂ ਨੂੰ ਅਜਿਹਾ ਕਰਨ ਵਾਸਤੇ ਮਜਬੂਰ ਕੀਤਾ ਗਿਆ। ਜੀ ਇਹ ਗੱਲ ਕੱਲ੍ਹ ਸਾਹਮਣੇ ਉਦੋਂ ਆਈ। ਜੀ ਜਦੋਂ ਵਾਰਾਨਸੀ ਦੇ ਵਿੱਚ ਕੁਝ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸ਼੍ਰੀ ਗਣੇਸ਼ ਕਰਨਾ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਔਰ ਉਹਨਾਂ ਨੇ ਡਿਜੀਟਲ ਸਿਸਟਮ ਦੇ ਰਾਹੀਂ ਕੀਤਾ ਹੈ ਜੀ ਤੇ ਡਿਜੀਟਲ ਸਿਸਟਮ ਦੇ ਰਾਹੀਂ ਪ੍ਰਧਾਨ ਮੰਤਰੀ ਸਾਹਿਬ ਕਿਸੇ ਪ੍ਰੋਜੈਕਟ ਦਾ ਕਰਨ ਉਦਗਾਟਨ ਜੀ ਭਾਸ਼ਣ ਨਾ ਕਰਨ ਇਹ ਸੰਭਵ ਹੀ ਨਹੀਂ ਹਾਂ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਕੱਲ ਭਾਸ਼ਣ ਕੀਤਾ ਜੀ ਉਸ ਭਾਸ਼ਣ ਦੇ ਵਿੱਚ ਉਹ ਕਹਿੰਦੇ ਕੀ ਹੈ ਜੀ ਕਿ ਉਹ ਲੋਕ ਹਾਂ ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੈ ਹਾਂਜੀ ਉਹ ਕਿਸਾਨਾਂ ਦੇ ਦੁਸ਼ਮਣ ਹੈ ਉਹ ਕਿਸਾਨਾਂ ਦੇ ਵਿਰੋਧੀ ਹੈ ਹੂੰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਜਿੰਨਾ ਸੰਧਾਂ ਨੂੰ ਜੀ ਕਿਸਾਨ ਪੂਜਦੇ ਹੈ ਹਾਂਜੀ ਉਹਨਾਂ ਸੰਧਾਂ ਨੂੰ ਸਾੜਿਆ ਜਾ ਰਿਹਾ ਹੈ ਗੋਦੀ ਮੀਡੀਆ ਜੀ ਖਾਸ ਕਰਕੇ ਟਾਟਿਆਂ ਬਾਟਿਆਂ ਅਦਾਨੀਆਂ ਅਡਾਨੀਆਂ ਅੰਬਾਨੀਆਂ ਦੀ ਜੀ ਜਿਹੜੇ ਟੈਲੀਵਿਜਨ ਸੀ ਜੀ ਕੱਲ ਉਹਨਾਂ ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਤੇ ਜਦੋਂ ਇਹ ਖਬਰ ਨਸ਼ਰ ਹੋਈ ਤਾਂ ਫਿਰ ਲੋਕਾਂ ਦੇ ਵਿੱਚ ਚਰਚਾ ਤਾਂ ਹੋਣੀ ਹੈ ਹਾਂ ਕਿ ਕਿਸਾਨ ਟਰੈਕਟਰਾਂ ਨੂੰ ਅੱਗ ਕਿਉਂ ਲਾਉਂਦੇ ਹੈ ਹਾਂ ਕਿਸਾਨ ਸੰਧਾਂ ਨੂੰ ਅੱਗ ਕਿਉਂ ਲਾਉਂਦੇ ਜੀ ਜਿਹੜਾ ਤੀਰ ਐ ਬਿਲਕੁਲ ਟਿਕਾਣੇ ਤੇ ਲੱਗਿਆ ਸਹੀ ਹਾਂ ਜੋ ਕੁਛ ਉਹਨਾਂ ਨੇ ਕੀਤਾ ਉਹ ਉਹਨਾਂ ਨੂੰ ਕਰਨਾ ਪੰਦਾ ਜੀ ਤੁਸੀਂ ਪੁੱਛਿਆ ਕਿ ਦਾਇਰਾ ਵਿਸ਼ਾਲ ਕਿਨਾ ਖੋਰੇ ਹਾਂ ਦਾਇਰਾ ਵਿਸ਼ਾਲ ਹੋ ਰਿਹਾ ਜੀ ਪੰਜਾਬ ਦੀ ਇੱਕੋ ਇੱਕ ਮੰਤਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਹਾਂਜੀ ਜਿਨ੍ਹਾਂ ਦਾ ਸਾਰਾ ਡੱਬੇ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਸੀ ਜੀ ਇਹ ਕਾਨੂੰਨ ਜਿਹੜੇ ਹੈਗੇ ਆਰਡੀਨੈਂਸ ਐ ਲੋਕ ਪੱਖੀ ਐ ਕਿਸਾਨ ਪੱਖੀ ਹਾਂ ਇਹ ਕਿਸਾਨ ਪੱਖੀ ਐ ਹਾਂ ਜੇ ਕਿਸਾਨਾਂ ਦਾ ਦਬਾਅ ਪਿਆ ਪ੍ਰੈਸ਼ਰ ਪਿਆ ਜੀ ਉਹਨੂੰ ਅਸਤੀਫਾ ਦੇਣਾ ਪੈ ਗਿਆ ਹਾਂ ਕੱਲਾ ਅਸਤੀਫਾ ਨਹੀਂ ਦੇਣਾ ਪਿਆ ਜੀ ਪ੍ਰੈਸ਼ਰ ਫਿਰ ਵਧਿਆ ਜੀ ਪ੍ਰੈਸ਼ਰ ਫਿਰ ਇਸ ਗੱਲ ਦੇ ਉੱਤੇ ਵਧਿਆ ਕਿ ਤੁਸੀਂ ਲੱਸੀ ਨੂੰ ਵੀ ਜਾਣਿਓ ਕੁਝਾ ਵੀ ਲਕੋਣਿਓ ਹਾਂ ਉੱਪਰੋਂ ਅਸਤੀਫਾ ਦੇ ਦਿੱਤਾ ਹਾਂ ਮੈਡਮ ਫਿਰ ਗੱਲ ਕਹਿੰਦੀ ਹੈ ਜੀ ਕਿ ਸਮਝਾਉਣ ਦੇ ਵਿੱਚ ਅਸੀਂ ਸਫਲ ਹੋਏ ਹਾਂ ਕਾਨੂੰਨ ਤਾਂ ਮੜੇ ਨਹੀਂ ਸੀ ਹਾਂ ਫਿਰ ਇਹ ਸਵਾਲ ਖੜਾ ਹੋਇਆ ਕਿ ਐਨਡੀਏ ਦੇ ਭਾਈਵਾਲ ਕਿਉਂ ਹਾਂ ਕਿਉਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੋਤੇ ਹੋ ਹਾਂ ਤੇ ਫਿਰ ਖੁਸ਼ਵੀਰ ਦਾ ਅਸਰ ਹੋਇਆ ਹਾਂ ਕਿ 2-3 ਦਿਨ ਪਹਿਲਾਂ ਫਿਰ ਇਹ ਫੈਸਲਾ ਲੈਣਾ ਪੈ ਗਿਆ ਕਿ ਅਸੀਂ ਐਨਡੀਏ ਤੋਂ ਵੀ ਵਾਰ ਹੋਣੀ ਗੱਠ ਜੋੜ ਤੋੜ ਗੱਠ ਜੋੜ ਤੋੜ ਫਿਰ ਇਹ ਵੀ ਫੈਸਲਾ ਹੋ ਗਿਆ ਹਾਂਜੀ ਕਿ ਅਸੀਂ ਵੀ ਹਰ ਤਰ੍ਹਾਂ ਦਾ ਵਿਰੋਧ ਕਰਾਂਗੇ ਅਸੀਂ ਸੜਕਾਂ ਤੇ ਜਾਵਾਂਗੇ ਠੀਕ ਹੈ ਹਾਂ ਕਿਰਾ ਵਿਸ਼ਾਲ ਹੋ ਰਿਹਾ ਹੈ ਕਿ ਹੁਣ ਅਕਾਲੀ ਦਲ ਦੇ ਲੀਡਰ ਵੀ ਜੀ ਜਿਹੜੇ ਆ ਸੜਕਾਂ ਤੇ ਆਉਂਦੇ ਆ ਅਕਾਲੀ ਦਲ ਦੇ ਲੀਡਰ ਵੀ ਕਹਿੰਦੇ ਜੀ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਜਿਹੜੇ ਲੀਡਰ ਪਾਣੀ ਪੀਪੀ ਲੋਕਾਂ ਨੂੰ ਕਹਿੰਦੇ ਸੀ ਹਾਂ ਤੁਸੀਂ ਮੰਨੋ ਇਹਨਾਂ ਨੂੰ ਮੰਨੋ ਬਿਲਕੁਲ ਉਸੇ ਤਰ੍ਹਾਂ ਜੀ ਜਦੋਂ ਡੇਰਾ ਮੁਖੀ ਨੂੰ ਸਿੰਘ ਸਹਿਬਾਨ ਦੇ ਰਾਹੀਂ ਮਾਫ ਕਰਵਾਇਆ ਗਿਆ ਜੀ ਔਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖ ਜਗਤ ਨੇ ਦੁਨੀਆ ਦੇ ਸਿੱਖਾਂ ਨੇ ਜੀ ਉਸ ਮਾਫੀ ਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜੀ 90 91 ਲੱਖ ਰੁਪਏ ਦੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਜੀ ਔਰ ਲੋਕਾਂ ਨੇ ਫਿਰ ਵੀ ਕਿਹਾ ਨਾ ਮਨਜ਼ੂਰ ਹੈ ਹਾਂ ਤੇ ਬਾਅਦ ਦੇ ਵਿੱਚ ਉਹੀ ਜਿਹੜਾ ਸੀਗਾ ਮਾਫੀ ਨਾਮਾ ਉਹ ਸਿੰਘ ਸਹਿਬਾਨ ਦੇ ਰਾਹੀਂ ਵਾਪਸ ਵੀ ਲਿਆ ਗਿਆ ਜੀ ਜੀ ਬਿਲਕੁਲ ਉਸੇ ਤਰ੍ਹਾਂ ਜੀ ਜਿਹੜੇ ਕਾਨੂੰਨ ਦੀ ਮੁਖਾਲਫਤ ਆ ਜਿਹੜੇ ਕਾਨੂੰਨ ਦੀ ਵਕਾਲਤ ਕਰਦੇ ਸੀ ਜੀ ਅੱਜ ਮੁਖਾਲਫਤ ਉਹਦੀ ਮੁਖਾਲਫਤ ਕਰਨ ਵਾਸਤੇ ਸੜਕਾਂ ਤੇ ਆਉਣਾ ਹੈ ਜੀ 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 ਸਾਡੇ ਗੁਵਾਂਢ ਦੇ ਵਿੱਚ ਕਰਾਜ ਹੈ ਹਰਿਆਣਾ ਜੀ ਪੰਜਾਬ ਤੇ ਹਰਿਆਣਾ ਇੱਕੋ ਹੀ ਹੈ ਹਾਂ ਜੀ ਹਰਿਆਣੇ ਦੇ ਵਿੱਚ ਵੀ ਇੱਕ ਪਰਿਵਾਰ ਹੈ ਹਾਂ ਜੀ ਜਿਵੇਂ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਹੈ ਹਾਂ ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਹੈ ਉਹਨਾਂ ਦਾ ਵੀ ਬੜੇ ਲੰਬੇ ਸਮੇਂ ਤੋਂ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਬੋਲਬਾਲ ਹੈ ਜੀ ਸਰਕਾਰ ਹੋਵੇ ਚਾਹੇ ਨਾ ਹੋਵੇ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਹੋਵੇ ਚਾਹੇ ਨਾ ਹੋਵੇ ਬਾਦਲ ਬਾਦਲ ਪਰਿਵਾਰ ਦਾ ਜਿਹੜਾ ਬੋਲਬਾਲ ਹੈ ਹਮ ਅੱਜ ਕੱਲ੍ਹ ਉੱਥੇ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੀ ਮੁੱਖ ਮੰਤਰੀ ਕੌਣ ਹੈ ਜੀ ਮੁੱਖ ਮੰਤਰੀ ਹੈਗੇ ਮਨੋਹਰ ਲਾਲ ਖੱਟਰ ਹਾਂ ਲੇਕਿਨ ਭਾਰਤੀ ਜਨਤਾ ਪਾਰਟੀ ਅਸੈਂਬਲੀ 'ਚ ਘੱਟ ਗਿਣਤੀ ਹੈ ਹਾਂ ਅਸੈਂਬਲੀ ਦੇ ਵਿੱਚ ਬਹੁਮਤ ਹਾਸਲ ਕਰਨ ਵਾਸਤੇ ਕਿਸੇ ਦੀ ਮਦਦ ਦੀ ਲੋੜ ਸੀ ਹਮਾਇਤ ਹਾਂ ਚੁਟਾਲਾ ਪਰਿਵਾਰ ਫਟ ਗਿਆ ਜੀ ओम प्रकाश चुटाला ਦੇ ਪੋਤਰੇ ਦੁਸ਼ਯੰਤ ਸਿੰਘ ਚੁटाला ਨੇ ਆਪਣੀ ਅਲੱਗ ਪਾਰਟੀ ਬਣਾ ਲਈ ਜੀ ਜਿਹਦਾ ਨਾਮ ਰੱਖਤਾ ਜਨਨਾਇਕ ਜਨਤਾ ਪਾਰਟੀ ਜੀ ਜਨਨਾਇਕ ਜਨਤਾ ਪਾਰਟੀ ਉਹ ਜਨਨਾਇਕ ਜਨਤਾ ਪਾਰਟੀ ਨੂੰ ਕੁਝ ਸੀਟਾਂ ਆਗੀਆਂ ਹਾਂਜੀ ਉਹਨਾਂ ਦੇ ਨਾਲ ਕੋਲੀਸ਼ਨ ਬਣਾਈ ਤੇ ਜਨਨਾਇਕ ਜਨਤਾ ਪਾਰਟੀ ਦੇ ਲੀਡਰ ਦੁਸ਼ਯੰਤ ਸਿੰਘ ਚੁटाला ਨੂੰ ਡਿਪਟੀ ਮੁੱਖ ਮੰਤਰੀ ਬਣਾਤਾ ਹੂੰ 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 ਉਹ ਡਿਪਟੀ ਮੁੱਖ ਮੰਤਰੀ ਹੈ ਜੀ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਜਿਹੜੇ ਹੈਗੇ ਮਜਬੂਰ ਹੋ ਗਏ ਅਕਾਲੀ ਦਲ ਵਾਲੇ ਕੇਂਦਰ ਦੀ ਸਰਕਾਰ ਚੋਂ ਬਾਹਰ ਆਉਣ ਵਾਸਤੇ ਹਰਿਆਣਾ ਦੀ ਸਰਕਾਰ ਦੇ ਵਿੱਚ ਚੂਟਾਲਾ ਪਰਿਵਾਰ ਦਾ ਇੱਕ ਫਰਜੰਦ ਬੈਠਾ ਹੈ ਹਾਂਜੀ ਉਹਦੇ ਖਿਲਾਫ ਉੱਥੇ ਮੋਰਚਾ ਲੱਗਿਆ ਹੋਇਆ ਹੈ ਹਾਂ ਸਰਸੇ ਦੇ ਵਿੱਚ ਕਿਸਾਨ ਜਿਹੜੇ ਹੈਗੇ ਧਰਨੇ ਤੇ ਬੈਠੇ ਹੈ ਜੀ ਡਿਮਾਂਡ ਕੀ ਕਰਦੇ ਆ ਕਿ ਦੁਸ਼ੰਦ ਸਿਆ ਜੇ ਤੂੰ ਕਿਸਾਨਾਂ ਦੇ ਨਾਲ ਅਤਿ ਹਕੂਮਤ ਚੋਗਾ ਛੱਡ ਕੁਰਸੀ ਦੋ ਵੀ ਹਾਂ ਆ ਜਾ ਇੱਧਰ ਹਾਂ ਕੱਲ ਹਾਂ ਇੱਕ ਮੀਟਿੰਗ ਹੋਈ ਹੈ ਪੰਜਾਬ 'ਚ ਹਾਂ ਦੈਰਕ ਨਬਸ਼ਾਰ ਹੋ ਰਿਹਾ ਹੈ ਹਾਂ ਪੰਜਾਬ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਮੀਟਿੰਗ ਕੀ ਦੀ ਹੋਈ ਹੈ ਜੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਾਈ ਸੀ ਜੀ ਪਰसों ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ ਜੀ ਅਸੀਂ ਖੇਤੀ ਮਹਾਰਾਂ ਨਾਲ ਵੀ ਗੱਲ ਕਰਾਂਗੇ ਜੀ ਅਸੀਂ ਵਕੀਲਾਂ ਨਾਲ ਕਾਨੂੰਨੀ ਮਹਾਰਾਂ ਨਾਲ ਵੀ ਗੱਲ ਕਰਾਂਗੇ ਜੀ ਅਸੀਂ ਸੰਘਰਸ਼ ਕਰ ਰਹੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਿਲਕੁਲ ਔਰ ਅਸੀਂ ਉਹਨਾਂ ਪਾਰਟੀਆਂ ਨਾਲ ਵੀ ਗੱਲ ਕਰਾਂਗੇ ਜਿਹੜੀਆਂ ਪਾਰਟੀਆਂ ਕਿਸਾਨਾਂ ਦੀ ਹਮਾਇਤ ਕਰਦੀਆਂ ਠੀਕ ਹੈ ਕਿਸਾਨਾਂ ਦੇ ਹਦਦ ਵੀ ਹਮਾਇਤ ਕਰਦੀਆਂ ਠੀਕ ਹੈ ਕੱਲ ਪਹਿਲੇ ਪੜਾ ਦੇ ਵਿੱਚ ਹਾਂਜੀ ਕਿਸਾਨਾਂ ਦੀ ਮੀਟਿੰਗ ਬੁਲਾਈ ਗਈ ਜੀ 30 ਕਿਸਾਨ ਜਥੇਬੰਦੀਆਂ ਦੇ ਨੁਮਾਇंदे ਹਾਂਜੀ ਪਹਿਲਾਂ ਇਕੱਠੇ ਹੁੰਦੇ ਆ ਚੰਡੀਗੜ੍ਹ 'ਚ ਕਿਸਾਨ ਪਬੰਦ ਵਿੱਚ ਹਾਂ ਕਿਸਾਨ ਪਬੰਦ ਦੇ ਵਿੱਚ ਉਹ ਮੀਟਿੰਗ ਕਰਦੇ ਆ ਹਾਂਜੀ ਮੀਟਿੰਗ ਕਰਕੇ ਉਹ ਇੱਕ ਮਤ ਹੁੰਦੀ ਹੈ ਹਾਂ ਇੱਕ ਮਤ ਇੱਕ ਮਤ ਹੋ ਕੇ ਇੱਕ ਉਹ ਆਪਣਾ ਨਿਰਣਾ ਲੈਂਦੇ ਆ ਜੀ ਇੱਕ ਫੈਸਲਾ ਲੈਂਦੇ ਆ ਕਿ ਜਾਵਾਂਗੇ ਹਾਂ ਔਰ ਉਹ ਫੈਸਲਾ ਮੁੱਖ ਮੰਤਰੀ ਨੂੰ ਸੁਣਾਵਾਂਗੇ ਕਿ ਮੁੱਖ ਮੰਤਰੀ ਸਾਹਿਬ ਜੇ ਆਹ ਕਰਨੀ ਹੈ ਤਾਂ ਇੱਧਰ ਜੇ ਨਹੀਂ ਤਾਂ ਪਰਲੇ ਪਾਸੇ ਰਹੋ ਠੀਕ ਸਿਰਾ ਮੀਟਿੰਗ ਹੋਈ ਗ੍ਰੇਟ ਹਾਂ ਗਏ ਕਿੱਥੇ ਕਿਸਾਨਾਂ ਦੇ ਨਮੇਂ ਦੇ 31 ਕਿਸਾਨ ਜਿੱਥੇ ਬੰਦਿਆਂ ਦੇ ਨਮੇਂ ਦੇ ਜੀ ਮੁੱਖ ਮੰਤਰੀ ਨੂੰ ਉਹਨੇ ਜਾ ਕੇ ਕਹਿ ਕੇ ਮੁੱਖ ਮੰਤਰੀ ਜੀ ਸਾਨੂੰ ਨਹੀਂ ਪਤਾ ਹਾਂ ਇਹ ਤੁਹਾਡਾ ਕੁਝ ਹੋਵੇ ਨਾ ਹੋਵੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਰਾਹੀਂ ਇੱਕ ਮਤਾ ਪਾਸ ਕਰੋ ਹਾਂ ਕਿ ਅਸੀਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਦੇ ਹਾਂ ਇਹ ਕਾਨੂੰਨ ਕਿਸਾਨ ਵਿਰੋਧੀ ਹੈ ਇਹ ਮਤਾ ਪਾਸ ਕਰ ਦਿਓ ਜੀ ਮੁੱਖ ਮੰਤਰੀ ਕਹਿੰਦਾ ਜੀ ਸੱਤ ਬਚਨ ਜੋ ਹੁਕਮ ਹੈ ਕਰਾਂਗੇ ਸ਼ੁਕਰ ਸ਼ੁਕਰ ਕੱਲਾ ਇਹ ਹੀ ਨਹੀਂ ਕਹਿੰਦਾ ਕੱਲਾ ਇਹ ਹੀ ਨਹੀਂ ਹਾਂ ਜਿੱਥੋਂ ਤੱਕ ਲੜਾਈ ਨੂੰ ਲੈ ਕੇ ਜਾਓਗੇ ਤੁਹਾਡੇ ਨਾਲ ਖੜਾਾਂਗੇ ਉਸ ਤੋਂ ਵੀ ਵੱਡਾ ਸ਼ੁਕਰ ਹੈ ਉਹਨਾਂ ਦਾ ਮੁੱਖ ਮੰਤਰੀ ਨੇ ਗੱਲ ਕਹਿ ਦਿੱਤੀ ਸਵਾਦ ਆ ਗਿਆ ਬਾਹਰ ਆ ਗਏ ਕਿਸਾਨ ਆਹ ਕਿਸਾਨਾਂ ਨੂੰ ਬਾਹਰ ਆ ਕੇ ਪੱਤਰਕਾਰ ਪੁੱਛਦੀ ਹੈ ਕਿ ਇਹਨਾਂ ਜਿਹੜਾ ਤੁਸੀਂ ਆ ਗੱਲ ਕਹੀ ਹੈ ਹਾਂਜੀ ਕਿ ਜੀ ਮਤਾ ਪਾਸ ਕਰ ਦਿਓ ਕੀ ਇਸ ਮਤੇ ਦੇ ਨਾਲ ਹਾਂ ਅ ਜਿਹੜਾ ਪਾਰਲੀਮੈਂਟ ਨੇ ਕਾਨੂੰਨ ਬਣਾਤਾ ਉਹ ਰੁਕ ਜਾਊਗਾ ਹਾਂ ਕਿਸਾਨ ਕਹਿੰਦੇ ਨਹੀਂ ਰੁਕਦਾ ਹਾਂ ਨਹੀਂ ਰੁਕਦਾ ਤਾਂ ਨਾ ਰੁਕੇ ਸਾਨੂੰ ਕੋਈ ਗੱਲ ਨਹੀਂ ਹੂੰ ਪਰ ਸਵਾਲ ਹੈ ਕਿ ਜੀ ਅੱਜ ਪੰਜਾਬ ਚੋਂ ਮਤਾ ਪੈਂਦਾ ਹੈ ਜੀ ਕੱਲ ਨੂੰ ਹਰਿਆਣੇ ਦੇ ਵਿੱਚੋਂ ਦੁਸ਼ਯੰਤ ਸਿੰਘ ਚੋਟਾਲਾ ਨੂੰ ਬਾਹਰ ਆਉਣਾ ਹੀ ਪੈਣਾ ਹਰਿਆਣਾ ਦੀ ਸਰਕਾਰ ਤੋਂ ਠੀਕ ਹੈ ਉੱਥੇ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਡਿੱਗਣਾ ਅਟੱਲਾ ਡਿੱਗੂਗੀ ਜਦੋਂ ਦੁਸ਼ਯੰਤ ਚੋਟਾਲਾ ਨੇ ਹਮਾਇਤ ਵਾਪਸ ਲਈ ਜੀ ਪੰਜਾਬ ਤੋਂ ਬਾਅਦ ਹਰਿਆਣਾ ਤੋਂ ਬਾਅਦ ਫਿਰ ਹੋਰ ਰਾਜ ਹੈ ਠੀਕ ਹੈ ਉਹਨਾਂ ਰਾਜਾਂ ਦੇ ਵਿੱਚ ਵੀ ਫਿਰ ਵਿਧਾਨ ਸਭਾਵਾਂ ਨੂੰ ਅਸੈਂਬਲੀਆਂ ਨੂੰ ਮਜਬੂਰ ਕਰਨਗੇ ਕਿਸਾਨ ਤੁਸੀਂ ਵੀ ਰੈਗੂਲੇਸ਼ਨ ਪਾਓ ਜੀ ਠੀਕ ਹੈ ਇੱਕ ਮੁਹਿੰਮ ਬਣਨੀ ਹੈ ਜੀ ਔਰ ਇਹ ਦਾਰਾ ਇਹਦਾ ਵਿਸ਼ਾਲ ਹੋ ਜਾਣਾ ਹੈ ਕਿ ਮੋਦੀ ਸਰਕਾਰ ਨੂੰ ਅਸੀਂ ਮਜਬੂਰ ਕਰ ਦਾਂਗੇ ਹਾਂ ਤੇ ਖੁਸ਼ਪੀਰ ਅਸਰ ਹੋਇਆ ਕੱਲ ਅੱਹ ਕੱਲ ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਹੋ ਗਈ ਜੀ ਉਸ ਮੀਟਿੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ 10 ਮੈਂਬਰੀ ਕਮੇਟੀ ਬਣਾਈ ਠੀਕ ਹੈ ਕਹਿੰਦੇ ਜੀ ਇਹ 10 ਮੈਂਬਰੀ ਕਮੇਟੀ ਸੰਘਰਸ਼ਸ਼ੀਲ ਕਿਸਾਨਾਂ ਨੂੰ ਮਿਲੂਗੀ ਓ ਉਹਨਾਂ ਨੂੰ ਜਾ ਕੇ ਪੁੱਛੂਗੀ ਤੁਹਾਡੇ ਇਤਰਾਜ਼ ਦੱਸੋ ਕੀ ਹੈ ਤੇ ਪਹਿਲਾਂ ਸੁੱਤੇ ਪਏ ਸੀ ਇਹ ਇਹ ਪੰਜਾਬ ਦੀ ਪੰਜਾਬ ਦੀ ਪਾਰਟੀ ਕਹਿੰਦੀ ਹੈ ਨਾ ਪੰਜਾਬ ਦੀ ਪਾਰਟੀ ਆਪਣੀ ਮਰਜ਼ੀ ਨਾਲ ਨਹੀਂ ਕਹਿੰਦੀ ਪੰਜਾਬ ਦੀ ਪਾਰਟੀ ਨੂੰ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਹੁਕਮ ਆਇਆ ਹੋਣੇ ਅੱਛਾ ਤੇ ਇਹੀ ਗੱਲ ਜੇ ਤੁਸੀਂ ਕਿਸਾਨਾਂ ਨਾਲ ਪਹਿਲਾਂ ਕਰ ਲੈਂਦੇ ਕਿਸਾਨਾਂ ਦੀ ਗੱਲ ਸੁਣਦੇ ਕਿਸਾਨ ਕਹਿੰਦੇ ਸੀ ਤੁਹਾਡੇ ਆਰਡੀਨੈਂਸ ਠੀਕ ਤੁਹਾਡੇ ਕਾਨੂੰਨ ਠੀਕ ਹਾਂ ਪਰ ਉਹਦੇ ਵਿੱਚ ਇੱਕ ਵਾਅਦਾ ਕਰਦੇ ਕਿ ਐਮਐਸਪੀ ਤੋਂ ਘੱਟ ਜਿਹੜਾ ਬੰਦਾ ਖਰੀਦੂਗਾ ਉਹਦੇ ਖਿਲਾਫ ਅਪਰਾਧਿਕ ਮਾਮਲਾ ਹੋਊਗਾ ਠੀਕ ਹੈ ਸਾਡੀ ਇਹ ਗੱਲ ਮੰਨ ਲਓ ਕਿਸੇ ਨੇ ਹੁਣ ਇਹ ਕਰਨਾ ਕਿਉਂ ਪੈ ਗਿਆ ਇਹਦਾ ਕਾਰਨ ਵੀ ਇਹ ਜੀ ਕਿ ਕਿਸਾਨਾਂ ਨੇ ਪਹਿਲੀ ਮੀਟਿੰਗ ਕੀਤੀ ਜੀ ਮੁੱਖ ਮੰਤਰੀ ਨਾਲ ਜੀ ਦੁਬਾਰਾ ਕਿਸਾਨਾਂ ਨੇ ਕਿ ਫੇਰ ਮੀਟਿੰਗ ਕਰ ਲਈ ਜੀ ਉਹਨਾਂ ਨੇ ਆ ਕੇ ਹੋਰ ਫੈਸਲੇ ਲਈ ਹਾਂ ਅਗਲਾ ਫੈਸਲਾ ਤਾਂ ਉਹਨਾਂ ਨੇ ਲੈ ਕੇ ਅਗਲੇ ਦਿਨਾਂ ਦੇ ਵਿੱਚ ਇੱਕ ਤਾਰੀਖ ਤੋਂ ਲੈ ਕੇ ਜਿਹੜਾ ਲਗਾਤਾਰ ਹਾਂ ਰੇਲਵੇ ਦੀ ਆਵਾਜ਼ ਆਈ ਹੈ ਉਹਦੇ ਵਿੱਚ ਵਿਗੜਨ ਪਾਇਆ ਜਾਊਗਾ ਪੰਜਾਬ ਦੇ ਵਿੱਚ ਕੋਈ ਰੇਲ ਗੱਡੀ ਨਹੀਂ ਚੱਲਣ ਦਿੱਤੀ ਆਊਗੀ ਕਿਉਂਕਿ ਇਹ ਲੜਾਈ ਕੇਂਦਰ ਦੇ ਖਿਲਾਫ ਹੈ ਠੀਕ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ ਕੇਂਦਰ ਸਰਕਾਰ ਦਾ ਜਿਹੜਾ ਆਧਾਰ ਹੈ ਉਹ ਰੇਲਵੇ ਹੈ ਜੀ ਅਸੀਂ ਰੇਲਵੇ ਨੂੰ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਵਾਂਗੇ ਜੀ ਹੋਰ ਫੈਸਲਾ ਕਰ ਲਿਆ ਇੱਕ ਹਾਂ ਅਦਾਨੀਆਂ ਅੰਬਾਨੀਆਂ ਦਾ ਕਰੋ ਬਾਈਕਾਟ ਜੀ ਸੈਲੋ ਪਲਾਂਟ ਆ ਮੋਗੇ ਕੋਲੇ ਲੱਗਿਆ ਵਾ ਹਾਂਜੀ ਕਾਫੀ ਵੱਡਾ ਹਾਂਜੀ ਕਿਹਦਾ ਜੀ ਅਡਾਨੀਆਂ ਦਾ ਅਡਾਨੀਆਂ ਦਾ ਉਹਦਾ ਕਰਾਉ ਕਰੋ ਹਾਂ ਆਪਣੀ ਨੈਸਲੇ ਹਾਂ ਬਹੁ ਰਾਸ਼ਟਰੀ ਕੰਪਨੀਆਂ ਦੀ ਦਾ ਪ੍ਰੋਜੈਕਟ ਐਕ ਹਾਂਜੀ ਉਹ ਕਿੱਥੇ ਲੱਗਿਆ ਹੋਇਆ ਮੋਗਾ ਉਹਦਾ ਕਰਾਉ ਕਰੋ ਹਾਂਜੀ ਸਾਰੇ ਟਰਾਂਸਪੋਰਟਰਾਂ ਨੂੰ ਸਾਰੇ ਲੋਕਾਂ ਨੂੰ ਹਾਂਜੀ ਸਾਰੇ ਕਾਰੋਬਾਰੀਆਂ ਨੂੰ ਇਹ ਸੱਦਾ ਦੇਤਾ ਜੀ ਕਿ ਰਿਲਾਈਐਂਸ ਦੇ ਪੈਟਰੋਲ ਪੰਪ ਤੋਂ ਕੋਈ ਤੇਲ ਨਾ ਪਾਉ ਡੀ ਜਨਾ ਪਾਉ ਠੀਕ ਹੈ ਕਿਉਂਕਿ ਤੁਹਾਡੇ ਕੋਲੇ ਬਦਲਵਾ ਪ੍ਰਬੰਧ ਹੈਗਾ ਜੀ ਹੋਰ ਪੰਪ ਹੈਗੇ ਹੋਰ ਕੰਪਨੀਆਂ ਦੇ ਹੈਗੇ ਉਥੋਂ ਪਾ ਲਓ ਜੀ Jio ਦਾ ਮੁਕੰਮਲ ਬਾਈ ਕਾਰਡ ਕਰ ਦਿਓ ਬਿਲਕੁਲ Jio ਦੇ SIM ਕੱਢ ਕੇ ਬਾਹਰ ਮਾਰੋ ਜੀ ਹੋਰ SIM ਪਾ ਲਓ ਜੀ ਉਹ ਇੱਕ ਕਿਸਮ ਦੀ ਜਿਹੜੀ ਹੈ ਸਮਾਜਿਕਲੀ ਨੂੰ ਕਹਿੰਦੇ ਅਸੀਂ ਕਿ ਜਨਤਕ ਲਹਿਰ ਚੇਤਨਾ ਵੀ ਬਹੁਤ ਜਨਤਕ ਲਹਿਰ ਸ਼ੁਰੂ ਹੋ ਗਈ ਤੇ ਫਿਰ ਅਗਲੀ ਗੱਲ ਆ ਗਈ ਜੀ ਮੈਨੂੰ ਬੜਾ ਵਧੀਆ ਪਿਆਰਾ ਸ਼ਬਦ ਲੱਗਿਆ ਅਸੀਂ ਪੱਕਾਇਦ ਨਹੀਂ ਘਰਾਓ ਕਰਾਂਗੇ ਅਸੀਂ ਹਾਂ ਕੱਲ ਇੱਕ ਕਿਸਾਨ ਲੀਡਰ ਨੂੰ ਪੁੱਛਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਹਾਂ ਤੇ ਉਹਨਾਂ ਨੇ ਕਹਿਤਾ ਜੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਅਸੀਂ ਜਲੀਲ ਕਰਾਂਗੇ ਕਰਨੇ ਕਰਾਓ ਉਹਨਾਂ ਨੇ ਕੋਟਿਆਂ ਨੂੰ ਕਿਰਾਇਆ सॉरी ਮੈਂ ਰਹਿ ਨਹੀਂ ਸਕਦੀ ਵੀ ਇਹ ਸਹੀ ਜਟਕੂ ਭਾਸ਼ਾ ਵੀ ਅੰਦਰ ਜਿਹੜਾ ਅੱਕਿਆ ਪਿਆ ਨਾ ਉਹੋ ਬੋਲਦਾ ਹੁਣ ਇਹ ਜਟਕੀ ਭਾਸ਼ਾ ਬੋਲਦਾ ਕੌਣ ਹੈ ਹਾਂ ਜੇ ਤੁਸੀਂ ਉਸ ਬੰਦੇ ਬਾਰੇ ਜਾਣਕਾਰੀ ਹਾਸਲ ਕਰੋ ਖੁਸ਼ਵੀਰ ਹਾਂ ਤੇ ਤੁਸੀਂ ਚਕਰਾਜੋਗੇ ਓ ਉਹ ਬੰਦਾ ਐਮਡੀ ਡਾਕਟਰ ਹੈ। ਉਹ मतलब ਕਿਸਾਨ ਕਿਸਾਨ ਲੀਡਰ ਹੈ। ਉਹ ਨੌਕਰੀ ਛੱਡ ਕੇ ਬੰਦਾ ਕਿਸਾਨਾਂ ਨੂੰ ਆਰਗੇਨਾਈਜ਼ ਕਰਨ ਲੱਗਿਆ ਵੈ। ਸਹੀ ਆ। ਨਾਂ ਕੀ ਹੈ ਡਾਕਟਰ ਦਰਸ਼ਨਪਾਲ। ਉਹ ਉਹ ਕੋਆਰਡੀਨੇਟਰ ਹੈ ਪੰਜਾਬ ਦਾ ਜਿਹੜਾ ਪੰਜਾਬ ਦੇ ਕਿਸਾਨਾਂ ਦਾ। ਪਟਿਆਲੇ ਦਾ ਰਹਿਣ ਵਾਲਾ ਹੈ। ਜੀ ਜੀ ਉਹਨੇ ਸ਼ਬਦ ਦੀ ਕਲੇ ਨਵੀਂ ਕੜਕੜੀ ਹੈ ਘਰਾਓ ਕਰਾਂਗੇ ਉਹਨਾਂ ਦੀਆਂ ਕੋਠੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਜ਼ਲੀਲ ਕਰਾਂਗੇ। ਜੀ 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 ਕਿ ਤੁਹਾਡੀ ਪਾਰਟੀ ਇਹ ਕਿਸਾਨਾਂ ਦਾ ਵਿਰੋਧ ਕਰਦੀ ਹੈ। ਜੀ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਦਾਇਰਾ ਬੜਾ ਵਡਾ ਬਚਾਰ ਹੋ ਰਿਹਾ ਹੈ ਜੀ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਹਰ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਹਾਂ ਜੋ ਸੰਘਰਸ਼ ਕਰੋ ਠੀਕ ਹੈ ਜਿਵੇਂ ਕਹੋਗੇ ਤੁਹਾਡਾ ਉਹ ਕਰਾਂਗੇ ਜੀ ਅਸੀਂ ਰਾਤ ਨੂੰ ਮੇਰੇ ਨਾਲ ਹੀ ਸੀ ਗੁਰਦਾਸ ਸਿੰਘ ਜੀ ਕੱਲ ਸ਼ਾਮ ਨੂੰ ਕਿਸੇ ਹੋਰ ਮੁੱਦੇ ਨੂੰ ਲੈ ਕੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਠੀਕ ਹੈ ਗੱਲਬਾਤ ਉਹਨਾਂ ਦੀ ਟੁੱਟ ਗਈ ਜੀ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਜੀ ਚਲੋ ਹਾਂ ਜਿਹੜਾ ਪ੍ਰਸ਼ਾਸਕੀ ਕੰਪਲੈਕਸ ਹੈ ਦਾ ਘੇਰਾ ਪਾ ਲਓ ਜੀ ਠੀਕ ਹੈ ਉਹਦੇ ਸਾਰੇ ਗੇਟਾਂ ਦੇ ਤੇ ਕਿਸਾਨ ਬਹਿ ਕੇ ਆ ਕੇ ਜੀ ਕਿਸਾਨ ਬਹਿ ਕੇ ਆ ਕੇ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 7:30 ਵਜੇ ਤੱਕ 4-500 ਮੁਲਾਜ਼ਮ ਹੈ ਜਿਹੜੀ ਜੀ ਲੜਕੀਆਂ ਨੂੰ ਔਰਤਾਂ ਨੂੰ ਪਹਿਲਾਂ ਜਾਣ ਦੇ ਤਾਂ ਕਿ ਜਾਓ ਭਾਈ ਤੁਸੀਂ ਆਪਣੇ ਘਰ ਨੂੰ ਜੀ ਠੀਕ ਹੈ ਕਿਸੇ ਮਰਦ ਨੂੰ ਅੰਦਰੋਂ ਨਹੀਂ ਨਿਕਲਦਾ ਜੀ ਜਿਹੜੇ ਲੋਕ ਉੱਥੇ ਆਏ ਸੀਗੇ ਕੰਮਾਂ ਧੰਦੇ ਵਾਲੇ ਜਿਨ੍ਹਾਂ ਦੀਆਂ ਗੱਡੀਆਂ ਅੰਦਰ ਖੜੀਆਂ ਸੀ ਪਾਰਕਿੰਗ ਦੇ ਵਿੱਚ ਜੀ ਕੋਈ ਗੱਡੀ ਨਹੀਂ ਕੱਢਣ ਦਿੱਤੀ ਜੀ ਰਾਤ ਨੂੰ 7:30 ਵਜੇ ਤੱਕ ਉਹਨਾਂ ਦਾ ਘਰਾਓ ਰਹਿੰਦਾ ਉਹਨਾਂ ਨੇ ਸਾਰਾ ਘਰਾਓ ਕੀਤਾ ਹੂੰ ਨੇਕਣ ਮਜਾਲ ਹੈ ਕਿ ਕੋਈ ਪੁਲਿਸ ਵਾਲਾ ਆ ਕੇ ਉਹਨਾਂ ਨੂੰ ਹੱਤਕੁੱਟ ਕੋਈ ਹੱਟਕੁੱਟ ਕੀ ਕਹਿਦੇ ਵੀ ਤੁਸੀਂ ਇਹ ਕੀ ਕਰਦੇ ਤੁਸੀਂ ਲੋਕਾਂ ਨੂੰ ਜਾਣ ਕਿ ਹਾਲਾਂਕਿ ਗੱਲ ਚੰਗੀ ਨਹੀਂ ਕਿਸਾਨਾਂ ਦੇ ਪਾਰਟ ਤੇ ਵੀ ਮੈਂ ਕਹਿੰਦਾ ਵੀ ਇਹ ਗੱਲ ਚੰਗੀ ਨਹੀਂ ਕਿਉਂਕਿ ਜਿਹੜਾ ਮਜ਼ਦਮ ਤਬਕਾ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਉਹਨਾਂ ਦੇ ਨਾਲ ਖੜਾ ਉਹਨਾਂ ਨੂੰ ਵਿਰੋਧ ਵਿੱਚ ਖੜਾ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਕੀ ਕਸੂਰ ਹੈ ਹਾਂਜੀ ਜੇ ਤੁਹਾਡਾ ਗਿਲਾ ਡਿਪਟੀ ਕਮਿਸ਼ਨਰ ਨਾਲ ਹੈ ਹਾਂਜੀ ਤੁਹਾਡਾ ਗਿਲਾ ਸਰਕਾਰ ਨਾਲ ਹੈ ਤੁਸੀਂ ਉਹਨਾਂ ਦਾ ਘਰਾਓ ਕਰ ਲੋ ਜੀ ਠੀਕ ਹੈ ਤੁਸੀਂ ਮੁਲਾਜ਼ਮਾਂ ਦਾ ਘਰਾਓ ਕਿਉਂ ਕਰਦੇ ਉਹਨਾਂ ਨੂੰ ਕੰਮ ਕਿਉਂ ਬੰਦ ਕੀਤਾ ਵੇ ਜੀ ਦੂਜੇ ਪਾਸੇ ਮੈਂ ਇਹ ਗੱਲ ਡਿਪਟੀ ਕਮਿਸ਼ਨਰ ਇਸ ਗੱਲ ਨੂੰ ਕਿਉਂ ਨਹੀਂ ਨੋਟ ਕਰਦਾ ਜੀ ਕਿ ਮੇਰਾ ਚੀਫ ਮਿਨਿਸਟਰ ਸਾਡਾ ਪੰਜਾਬ ਦਾ ਇਹ ਕਹਿੰਦਾ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਜੀ ਕਿਸਾਨਾਂ ਦੀ ਗੱਲ ਨੂੰ ਹੰਦਰਦੀ ਨਾਲ ਸੁਣੂ ਜੀ ਜੇ ਤੁਹਾਡੇ ਕੋਲੇ ਕੋਈ ਦੁੱਖ ਤਕਲੀਫ ਲੈ ਕੇ ਆਏ ਹੈ ਤੂੰ ਗੱਲਬਾਤ ਤੋੜਨੀ ਬਜਾਈ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਸੀ ਗੱਲਬਾਤ ਤੋੜਨੀ ਬਜਾਈ ਗੱਲਬਾਤ ਨੂੰ ਲਮਕਾ ਲੈਂਦਾ ਹਾਂ ਉਹਨਾਂ ਤੋਂ ਹੋਰ ਟਾਈਮ ਲੈ ਲੈਂਦਾ ਹਾਂ ਬੰਦਿਆਂ ਨੂੰ ਮਤਲ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੇ ਇਗਨੋਰ ਨਾ ਕਰਾਉ ਕਿਤਾ ਹੈ ਉਹਨਾਂ ਨੂੰ ਕਰਾਉ ਕਿਉਂ ਕੀਤਾ ਗਿਆ ਸੋ ਕੁੱਲ ਮਿਲਾ ਕੇ ਸੀ ਇਹ ਕਹਿ ਸਕਦੇ ਆ ਕਿ ਕਿਸਾਨਾਂ ਦੇ ਅੰਦੋਲਨ ਪ੍ਰਤੀ ਜਿਹੜਾ ਸਰਕਾਰ ਦਾ ਨਜ਼ਰੀਆ ਹੈ ਜੀ ਉਹ ਨਰਮੀ ਵਾਲਾ ਹੈ ਜੀ ਬਾਅਦ ਵਿੱਚ ਭਾਵੇਂ ਹਾਲਾਂਕਿ ਅਸੀਂ ਜੋ ਕੁਝ ਇੱਥੇ ਹੜਦੋਂਗੋ ਮਚਾਇਆ ਵੀ ਨਵੇਂ ਮੁੰਡਿਆਂ ਨੇ ਜੀ ਉਹ ਡੰਡੇ ਵੀ ਭਾਲਦੇ ਫਿਰਦੇ ਆ ਉਹਨਾਂ ਨੇ ਦਰਖਤਾਂ ਦੀਆਂ ਸੋਟੀਆਂ ਵੀ ਤੋੜੀਆਂ ਜੀ ਅੰਦਰੋਂ ਜਦੋਂ ਪ੍ਰੋਟੈਸਟ ਕਰਦੇ ਸੀਗੇ ਬਲਾਜਮ ਵੀ ਅਸੀਂ ਬਾਹਰੋਂ ਨੇ ਹਾਂ ਹਾਂ ਉਦੋਂ ਗਿੱਟਾਂ ਦੇ ਵਿੱਚ ਡੰਡੇ ਵੀ ਮਾਰਦੇ ਸੀ ਇਹ ਗੱਲਾਂ ਚੰਗੀਆਂ ਨਹੀਂ ਕਿਉਂਕਿ ਇਸ ਸੰਘਰਸ਼ ਨੂੰ ਜਿਹੜਾ ਹੈਗਾ ਨੁਕਸਾਨ ਬਚਾਉਣ ਵਾਲੀ ਹੈ ਜੀ ਪਰ ਇਹਦੇ باوجود ਵੀ ਜੇ ਪੁਲਿਸ ਨੇ ਉਹਨਾਂ ਤੇ ਕਿਸੇ ਕਿਸਮ ਦੀ ਸਖਤੀ ਨਹੀਂ ਕੀਤੀ ਪ੍ਰਸ਼ਾਸਨਿਕ ਕੰਪਲੈਕਸ ਜੀ ਜਿਹੜਾ ਸਰਕਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਹੈਡਕੁਆਟਰ ਹੈ ਹਾਂਜੀ ਜ਼ਿਲ੍ਹੇ ਦੀ ਸਰਕਾਰ ਦਾ ਹੈਡਕੁਆਟਰ ਹੈ ਉਹਨੂੰ ਢਾਈ ਤਿੰਨ ਘੰਟੇ ਤੁਸੀਂ ਘੇਰਾ ਪਾ ਕੇ ਰੱਖੋ ਹਾਂ ਤੇ ਕੋਈ ਮਤਲਬ ਡੰਡਾ ਚਾਰਜ ਨਾ ਹੋਵੇ ਕੋਈ ਲਾਠੀ ਚਾਰਜ ਨਾ ਹੋਵੇ ਸੰਭਵ ਵੀ ਨਹੀਂ ਹੁੰਦਾ ਪਰ ਕਿਉਂਕਿ ਹੁਣ ਇਹ ਵੀ ਕਿਸਾਨ ਅੰਦੋਲਨ ਚੱਲਦਾ ਹੈ ਜੀ ਇਸ ਅੰਦੋਲਨ ਦੇ ਨਾਲ ਧਰਮੀ ਨਾਲ ਪੀਸ ਹੋਣਾ ਸੋ ਇਹਦਾ ਕਾਰਨ ਹੈ ਮੇਰਾ ਖਿਆਲ ਵੀ ਜਿਹੜਾ ਦਾਇਰਾ ਹੈ ਜੀ ਇਹ ਡੇ ਬਾਏ ਡੇ ਇਨਾ ਵਿਸ਼ਾਲ ਹੁੰਦਾ ਜਾ ਰਿਹਾ ਜੀ ਕਿ ਇਹ ਆਪਣੀ ਮੰਜ਼ਿਲ ਤੱਕ ਪਹੁੰਚੂਗਾ ਇੰਨੀ ਕੁ ਤੱਕ ਥੋੜੀ ਜੀ ਮਤਲਬ ਜਿਹੜੀ ਹੈ ਦਵਾਈ ਨੇ ਅਸਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਘਰਾਂ ਨੂੰ ਘੇਰਨਗੇ ਤੇ ਦਿੱਲੀੋਂ ਹੁਕਮ ਆ ਗਿਆ ਉਹ ਕਹਿੰਦੇ ਜੀ ਕਿਸਾਨਾਂ ਦੀਆਂ ਤਕਲੀਫਾਂ ਹੁਣ ਅਸੀਂ ਸੁਣਨ ਉਹਨਾਂ ਕੋਲ ਜਾਵਾਂਗੇ ਦੇਖਦੇ ਆਂ ਕਿਸਾਨ ਉਹਨਾਂ ਨਾਲ ਕੀ ਟ੍ਰੀਟ ਕਰਦੇ 2 ਸਵਾਲ ਮੇਰੇ ਹੋਰ ਬਣ ਗਏ ਇਸ ਸਾਰੀ ਗੱਲਬਾਤ ਦੇ ਵਿੱਚੋਂ ਹੁਣ ਤੁਸੀਂ ਮੈਨੂੰ ਇਉਂ ਦੱਸੋ ਵੀ ਜਿਹੜੇ ਮੁਲਾਜ਼ਮ ਨੇ ਉਹ ਇਸ ਨੂੰ ਕਿਵੇਂ ਜੇ ਦੇਖ ਰਹੇ ਨੇ ਤੇ ਭਵਿੱਖ ਦੇ ਵਿੱਚ ਕਿੱਥੇ ਜੇ ਮਤਲਬ ਖੜਦੇ ਨਜ਼ਰ ਆਉਂਦੇ ਨਹੀਂ ਤੁਹਾਨੂੰ ਕਿਉਂਕਿ ਮੁਲਾਜ਼ਮੇ ਸੋਚ ਰਿਹਾ ਕਿ ਮੇਰੇ ਕੋਲ ਤਾਂ ਤਨਖਾਹ ਆ ਰਹੀ ਹੈ ਮੈਨੂੰ ਤਾਂ ਹੱਤਰ ਨਾ ਕਰੀ ਵਿਗਨ ਪਾ ਰਹੇ ਨੇ ਜਾਂ ਮੈਨੂੰ ਅਜ ਰੋਕ ਰਹੇ ਨੇ ਪਰ ਦੇਖਿਆ ਜਾਵੇ ਤਾਂ ਮੁਲਾਜ਼ਮ ਕੌਣ ਨੇ ਉਹ ਕਿਸਾਨਾਂ ਦੇ ਬੱਚੇ ਹੀ ਨੇ ਨਹੀਂ ਵਿਗੜ ਨਹੀਂ ਪਾ ਰਹੇ ਵਿਗੜ ਪਾਉਣ ਵਾਲੀ ਗੱਲ ਨਹੀਂ ਇਹ ਨਹੀਂ ਹੈ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਕੰਮ ਚ ਵਿਗੜਨ ਪੈਂਦਾ ਇੱਕ ਅਧੀ ਕਿਸਾਨ ਜਥੇਬੰਦੀ ਹੁੰਦੀ ਹੈ ਜਿਹੜੀ ਕਿਸਾਨ ਜਥੇਬੰਦੀ ਜਿਹੜੀ ਹੈ ਆਪਣੇ ਸੰਘਰਸ਼ ਦੀ ਗੰਭੀਰਤਾ ਨੂੰ ਜੀ ਉਹਦੀ ਵਿਸ਼ਾਲਤਾ ਨੂੰ ਨਹੀਂ ਨੋਟ ਕਰਦੀ ਕਿ ਸਾਡੇ ਸਾਹਮਣੇ ਵੱਡਾ ਜਿਹੜਾ ਹੈਗਾ ਕੰਮ ਕੀ ਹੈ ਹਾਂਜੀ ਵੱਡਾ ਕੰਮ ਹੈ ਕਿ ਅਸੀਂ ਕਿਸਾਨ ਜਿਹੜੇ ਖੇਤੀ ਨਾਲ ਸੰਬੰਧਿਤ ਕਾਨੂੰਨ ਆ ਉਹਨਾਂ ਦੇ ਖਿਲਾਫ ਅੰਦੋਲਨ ਕਰਦੇ ਹਾਂਜੀ ਉਸ ਅੰਦੋਲਨ ਦੇ ਵਿੱਚੋਂ ਤੁਸੀਂ ਇੱਕ ਛੋਟਾ ਅੰਦੋਲਨ ਹੋਰ ਕੱਢੋ ਹਾਂ ਛੋਟਾ ਅੰਦੋਲਨ ਕੱਢ ਕੇ ਤੁਸੀਂ ਇੱਕ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਸਾਰਿਆਂ ਦੀ ਘੇਰਾਬੰਦੀ ਕਰੋ ਉਹਨਾਂ ਦੇ ਵਿੱਚ ਕੁਦਰਤੀ ਹੈ ਤੁਹਾਡੇ ਪ੍ਰਤੀ ਜਿਹੜੀ ਹੈਗੀ ਹੈ ਖਟਾਸ ਪੈਦਾ ਹੋਊਗੀ ਹਾਂ ਤੁਹਾਡੇ ਪ੍ਰਤੀ ਉਹਨਾਂ ਦਾ ਨਜ਼ਰੀਆ ਜਿਹੜਾ ਉਹ ਨਾ ਪੱਕੀ ਹੋਊਗਾ ਜੀ ਲੇਕਿਨ ਜੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀ 25 ਤਾਰੀਖ ਦੇ ਬੰਦ ਵੇਲੇ ਪੰਜਾਬ ਦੀ ਸਮੁੱਚੀ ਮੁਲਾਜ਼ਮ ਕਮਿਊਨਿਟੀ ਨੇ ਹਾਂਜੀ ਸਮੁੱਚੇ ਮੁਲਾਜ਼ਮ ਭਾਈਚਾਰੇ ਨੇ ਇੱਕ ਮੁੱਠ ਹੋ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਉਹ ਹੁਣ ਵੀ ਦੇ ਰਹੇ ਜੀ ਬਿਲਕੁਲ ਰਾਤੀ ਅਸੀਂ ਗੱਲਾਂ ਵੀ ਸੁਣੀਆਂ ਉਹਨਾਂ ਦੀਆਂ ਉਹ ਇਹਨਾਂ ਨੇ ਇਹ ਨਹੀਂ ਗੱਲ ਕਹੀ ਜੀ ਕਿ ਅਸੀਂ ਮਤਲਬ ਇਹਦਾ ਇਹਨਾਂ ਦਾ ਵਿਰੋਧ ਕਰਾਂਗੇ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਬੰਦਕ ਬਣਾ ਕੇ ਰੱਖਿਆ ਅਸੀਂ ਇਹਦੇ ਖਿਲਾਫ ਕੱਲ ਨੂੰ ਆਪਣੀ ਜਿਹੜੀ ਹੈਗੀ ਐ ਕੰਪਲੇਂਟ ਦੇਵਾਂਗੇ ਡਿਪਟੀ ਕਮਿਸ਼ਨਰ ਨੂੰ ਕਿ ਉਹ ਕਾਰਵਾਈ ਕਰੇ ਲੇਕਿਨ ਉਹਨਾਂ ਨੇ ਅੰਦੋਲਨ ਪ੍ਰਤੀ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ ਲੇਕਿਨ ਮੈਂ ਇੱਥੇ ਅੰਦੋਲਨ ਦੇ ਜਿਹੜੇ ਜਥੇਬੰਦਕ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਅਜਿਹੀਆਂ ਚੀਜ਼ਾਂ ਤੋਂ ਬਚਿਆ ਜਾਵੇ ਇਹ ਨਾ ਹੋਵੇ ਕਿ ਤੁਸੀਂ ਛੋਟੀ ਪ੍ਰਾਪਤੀ ਆਸਤੇ ਜਿਹੜਾ ਥੋੜਾ ਵੱਡਾ ਸੰਘਰਸ਼ ਹੈ ਉਹਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਓ ਇਹ ਗੱਲ ਚੰਗੀ ਨਹੀਂ ਜੀ ਠੀਕ ਹੈ ਤੇ ਦੂਸਰਾ ਜਿਹੜਾ ਮੇਰਾ ਸਵਾਲ ਵੱਡਾ ਬਣ ਰਿਹਾ ਸੀ ਜਿਵੇਂ ਹੁਣਾਂ ਬਾਦਲ ਕਿਆ ਨੇ ਕੁਰਸੀ ਛੱਡੀ ਐ ਉਹੀ ਹਾਲ ਹੁਣ ਹਰਿਆਣੇ ਦਾ ਉਹ ਕਹਿੰਦੇ ਵੀ ਤੁਸੀਂ ਇਹਨਾਂ ਨਾਲੋਂ ਵੀ ਸਾਂਝ ਤੋੜੋ ਇਹ ਪਹਿਲਾਂ ਘਾਤੋਂ ਨਹੀਂ ਤੋੜਦੇ ਵੀ ਜਦੋਂ ਜਮਾ ਆ ਕਹਿੰਦੇ ਪੁਰਾਣੀ ਕਹਾਵਤ ਵੀ ਪਾਣੀ ਸਿਰ ਤੋਂ ਲੰਘਣ ਵਾਲਾ ਹੁੰਦਾ ਉਦੋਂ ਤੋੜਦੇ ਜੇ ਪਹਿਲਾਂ ਤੋੜੋ ਤੋਂ ਨੂੰ ਇੱਕ ਸੱਚੀ ਹਮਦਰਦੀ ਵੀ ਮਿਲੇ ਤੁਹਾਡਾ ਕੀ ਖਿਆਲ ਹੈ ਵੀ ਹੁਣ ਇਹਨਾਂ ਨੇ ਆਪਣੀ ਮਰਜ਼ੀ ਨਾਲ ਸੌਣ ਤੋੜਤੇ ਹਾਂ ਉਹ ਸੰਬੰਧ ਤਾਂ ਜਦੋਂ ਦਬਾਅ ਪਿਆ ਹਾਂ ਪ੍ਰੈਸ਼ਰ ਪਿਆ ਜਿੱਥੇ ਬੰਦਕ ਦਬਾਅ ਪਿਆ ਜੀ ਬਾਦਲਪਿੰਡ ਦੇ ਵਿੱਚ ਐਡਾ ਵੱਡਾ ਧਰਨ ਲੱਗਿਆ ਸੀ ਕਿ ਸਾਰਾ ਟੱਬਰ ਘਰ ਤੋਂ ਬਾਹਰ ਹੋ ਗਿਆ ਸੀ ਐਡਾ ਵੱਡਾ ਮਹਿਲ ਪਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾ ਕੇ ਬਾਲਾਸਰ ਪਹੇਗੀ ਜੀ ਬੀਬੀ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਦਿੱਲੀ ਤੱਕ ਮ hạnਦੂਦ ਹੋ ਕੇ ਰਹੇਗੇ ਜੀ ਇਹ ਸਾਰਾ ਜਿਹੜਾ ਪ੍ਰੈਸ਼ਰ ਪਿਆ ਲੋਕਾਂ ਦਾ ਪ੍ਰੈਸ਼ਰ ਪਿਆ ਇਹੀ ਗੱਲ ਤਾਂ ਉਹ ਕਹਿੰਦੇ ਕਿਸਾਨ ਕਿ ਵਿਧਾਨ ਸਭਾ ਦੇ ਵਿੱਚ ਉਹ ਰੈਗੂਲੇਸ਼ਨ ਪਾਸ ਕਰ ਦਿਓ ਜੀ ਤੁਸੀਂ ਪਾਸ ਕਰੋਗੇ ਤੁਹਾਨੂੰ ਦੇਖ ਕੇ ਸਾਡੀ ਸਾਡੀ ਰੀਸ ਕਰਕੇ ਦੂਜੀਆਂ ਸਟੇਟਾਂ ਦੇ ਕਿਸਾਨ ਵੀ ਆਪਣੀਆਂ ਸਰਕਾਰਾਂ ਤੇ ਦਬਾਅ ਪਾਉਣਗੇ ਠੀਕ ਹੈ ਕਿ ਤੁਸੀਂ ਵੀ ਰੈਗੂਲੇਸ਼ਨ ਪਾਓ ਜੇ ਵਿਧਾਨ ਸਭਾ ਵਾਂਚੋਂ ਰੈਜੂਲੇਸ਼ਨ ਪਾਗੇ ਜਿਵੇਂ ਪਿੰਡਾਂ ਦੇ ਵਿੱਚੋਂ ਵੀ ਉਹਨਾਂ ਨੇ ਕਿਹਾ ਸੀ ਪਿੰਡਾਂ 'ਚ ਜਾਵਾਂਗੇ ਪਿੰਡਾਂ ਦੇ ਵਿੱਚ ਜਾ ਕੇ ਗ੍ਰਾਮ ਸਭਾਵਾਂ ਤੋਂ ਅਸੀਂ ਰੈਜੂਲੇਸ਼ਨ ਪਾਵਾਂਗੇ ਗ੍ਰਾਮ ਸਭਾਵਾਂ ਦੇ ਰੈਜੂਲੇਸ਼ਨ ਪਾਉਣ ਦਾ ਬਹੁਤ ਵੱਡਾ ਅਰਥ ਹੈ ਹਾਂ ਕਿਉਂ ਕੇਜਰੀ ਅਸਲ ਜਿਹੜੀ ਜਿਹੜੀ ਆਪਾਂ ਕਹਾਂਗੇ ਗਰਾਸ ਗਰਾਸ ਰੂਟ ਲੈਵਲ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਗ੍ਰਾਮ ਸਭਾ ਜੀ ಗ್ರಾಮ ਸਭਾ ਦਾ ਮਤਲਬ ਇਹ ਹੈ ਕਿ ਉਹ ਸਾਰੇ ਲੋਕ ਜਿਹੜੇ ਆਪਣੀ ਪੰਚਾਇਤ ਚੁਣਦੇ ਆ ਵੋਟਾਂ ਪਾ ਕੇ ਉਹ ਸਾਰੇ ਦੇ ਸਾਰੇ ಗ್ರಾಮਸਭਾ ਦੇ ਮੈਂਬਰ ਹੈ ਇਸ ਕਰਕੇ ਕਿਸਾਨ ਬਹੁਤ ਵਧੀਆ ਤਰੀਕੇ ਨਾਲ ਬੜੀ ਸੈਨਪ ਦੇ ਨਾਲ ਸਰਕਾਰਾਂ ਨੂੰ ਮਜਬੂਰ ਕਰ ਰਿਹਾ ਰਾਜਨੀਤਿਕ ਬੰਦਿਆਂ ਨੂੰ ਮਜਬੂਰ ਕਰ ਰਿਹਾ ਕਿ ਤੁਸੀਂ ਜਿਹੜੀਆਂ ਜਿਹੜੀਆਂ ਪੈੜਾ ਅਸੀਂ ਪਾਰੇ ਇਹ ਨਾ ਪੈੜਾ ਤਿੱਤਰੋ ਜੀ ਉਹ ਤੋੜ ਰਹੇ ਇਹਨਾਂ ਨੇ ਪਰ ਕਿਸਾਨਾਂ ਨੂੰ ਮਜਬੂਰ ਕੀਤਾ ਅੱਜ ਇਹ ਅੰਦੋਲਨ ਖੜਾ ਕਰਨ ਦੇ ਲਈ ਕਿਉਂਕਿ ਆਪਾਂ ਤਾਂ ਨੁਮਾਇੰਦੇ ਬਣਾ ਕੇ ਭੇਜ ਤੇ ਗੱਲਬਾਤ ਤਾਂ ਇਹਨਾਂ ਨੇ ਕਰਨੀ ਸੀਗੀ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਮਜਬੂਰ ਹੋ ਕੇ ਹੁਣ ਕਿਸਾਨਾਂ ਨੂੰ ਇਸ ਤਰੀਕੇ ਕਰਨਾ ਪੈ ਰਿਹਾ ਮੈਨੂੰ ਤੁਹਾਡੀ ਗੱਲਬਾਤ ਚੋਂ ਇਹ ਚੀਜ਼ ਸਮਝ ਪੈ ਰਹੀ ਹੈ ਨਹੀਂ ਮੈਂ ਸਮਝਦਾ ਕਿ ਜਮਹੂਰੀਅਤ ਆਸਤੇ ਬਹੁਤ ਵਧੀਆ ਗੱਲ ਹੈ ਅੱਛਾ ਲੋਕ ਰਾਜ ਆਸਤੇ ਲੋਕਤੰਤਰ ਆਸਤੇ ਬਹੁਤ ਵਧੀਆ ਕਿ ਲੋਕ ਆਪਣੇ ਹੱਕਾਂ ਹਕੂਕਾਂ ਬਾਰੇ ਜਾਗਰਤ ਹੋਣ ਠੀਕ ਹੈ ਜੇ ਸਿਆਸਤਦਾਨ ਪੁੱਠੇ ਪਾਸੇ ਜਾਂਦੇ ਹੈ ਜੀ ਲੋਕਾਂ ਦੇ ਕੋਲ ਇੰਨੀ ਕਿ ਸ਼ਕਤੀ ਹੋਵੇ ਕਿ ਲੋਕ ਚੱਕਣਾ ਆਪਣੀ ਆਰ ਜੀ ਜਿਵੇਂ ਆਰ ਕੀ ਸੀ ਸਮਝਦੇ ਹੋ ਪੁਰਾਣੇ ਜਦੋਂ ਬਲਦ ਹੱਕਦੇ ਹੁੰਦੇ ਸੀ ਹੱਥਾਂ ਦੇ ਵਿੱਚ ਪ੍ਰਾਣੀਆਂ ਹੁੰਦੀਆਂ ਸੀ ਉਹ ਬਲਦ ਨੂੰ ਹੱਕਦੇ ਹੁੰਦੇ ਸੀ ਜੀ ਠੀਕ ਹੈ ਬਲਦ ਦੇ ਹੱਥਾਂ ਜਿਹੜੀ ਜਿਹੜੀ ਉਹ ਪ੍ਰਾਣੀ ਹੁੰਦੀ ਸੀ ਜਿਹਨੂੰ ਅਸੀਂ ਸੋਟੀ ਕਹਿੰਦੇ ਨੇ ਉਹਦੇ ਹੱਥਾਂ 'ਤੇ ਇੱਕ ਮੇਖ ਲੱਗੀ ਹੁੰਦੀ ਸੀ ਅੱਛਾ ਜਿਹੜਾ ਬਲਦ ਥੋੜਾ ਜਿਹਾ ਘੱਟ ਘੱਟ ਤੁਰਦਾ ਸੀ ਉਹਦੇ ਐ ਮਾਰਦੇ ਸੀ ਉਹਨੂੰ ਕਹਿੰਦੇ ਸੀ ਆਰ ਜਦੋਂ ਆਰ ਵਾਈ ਦਾ ਤਾਂ ਫਿਰ ਤੇਜ਼ੀ ਨਾਲ ਚੁਰੇ ਇਹ ਆਰ ਵਾਲੀ ਪ੍ਰਾਣੀ ਹੈ ਜਿਹੜੀ ਜਾਗਰਤ ਲੋਕਾਂ ਦੇ ਕੋਲੇ ਹੋਣੀ ਚਾਹੀਦੀ ਹੈ ਤਾਂ ਕਿ ਜਦੋਂ ਉਹਨਾਂ ਦੇ ਨੂੰ ਮੈਂਦੇ ਅੱਗੇ ਪਿੱਛੇ ਜਾਂਦੇ ਉਹਨਾਂ ਨਮਾਇੰਦਿਆਂ ਨੂੰ ਉਹ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡਾ ਸਾਡੀ ਕਿਸਮਤ ਦਾ ਫੈਸਲਾ ਸਾਡੇ ਚੁਣੇ ਹੋਏ ਨੁਮਾਇੰਦੇ ਆਪਣੇ ਮਨਮਰਜ਼ੀ ਨਾਲ ਖਰੋਕ ਕਰਨ ਉਹ ਸਾਡੀ ਮਰਜ਼ੀ ਮੁਤਾਬਕ ਕਰਨ ਸਾਡੀ ਮਰਜ਼ੀ ਮੁਤਾਬਕ ਤਾਂ ਕਰਨਗੇ ਜੇ ਲੋਕ ਜਾਗਰਤ ਹੋਣਗੇ ਲੋਕ ਜਥੇਬੰਦ ਹੋਣਗੇ ਲੋਕ ਸਮਝਣਗੇ ਕਿ ਸਾਡੇ ਨੁਮਾਇੰਦੇ ਕਿਧਰ ਨੂੰ ਜਾਂਦੇ ਆ ਅੱਜ ਇਹ ਜਿਹੜੀ ਗੱਲ ਸ਼ੁਰੂ ਹੋਈ ਹੈ ਕੱਲ ਨੂੰ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਹਲਾਕੇ ਦੇ ਐਮਐਲਏ ਤੱਕ ਜੀ ਲੋਕ ਸਭਾ ਦੇ ਮੈਂਬਰਾਂ ਤੱਕ ਲੋਕ ਖੜਾ ਖੜਾ ਕੇ ਪੁੱਛਣਗੇ ਕਿ ਦੱਸੋ ਇਹਨਾਂ ਗੱਲਾਂ ਦਾ ਜਵਾਬ ਦਿਓ ਤੁਸੀਂ ਸਹੀ ਹੈ ਔਰ ਉਹਨਾਂ ਨੂੰ ਦੇਣਾ ਪੈਣਾ ਜੀ ਠੀਕ ਹੈ ਸੋ ਢਿੱਲੋ ਸਾਹਿਬ ਅੱਜ ਬਹੁਤ ਹੀ ਗਹਿਰਾਈ ਦੇ ਵਿੱਚ ਡੈਪਥ ਦੇ ਵਿੱਚ ਜੇਕਰ ਮੈਂ ਕਹਾਂ ਕਿ ਆ ਆਪਾਂ ਤਹਿ ਤੱਕ ਗਏ ਆ ਅੱਗੇ ਵੀ ਇਸ ਧਰਨਿਆਂ ਨੇ ਤਾਂ ਜਾਰੀ ਰਹਿਣਾ ਅੰਦੋਲਨ ਨੇ ਜਾਰੀ ਰਹਿਣਾ ਸੋ ਇਸ ਦਾ ਜ਼ਿਕਰ ਆਪਾਂ ਆਉਣ ਵਾਲੀਆਂ ਜਿਹੜੀਆਂ ਕੜੀਆਂ ਨੇ ਆਪਣੇ ਇਸ ਸਿਲਸਿਲੇ ਦੀਆਂ ਉਸ ਦੇ ਵਿੱਚ ਜ਼ਰੂਰ ਕਰਦੇ ਰਵਾਂਗੇ ਅੱਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਸਮੁੱਚਾ ਅਣਖੀਲਾ ਪੰਜਾਬ ਦੇਖ ਰਹੇ ਦਰਸ਼ਕਾਂ ਵੱਲੋਂ ਤੇ ਸਾਰੀ ਪੰਜਾਬੀਆਂ ਵੱਲੋਂ ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਸਹਿਤ ਸ਼ੁਕਰੀ ਇਸੇ ਦਿਨ ਮੈਨੂੰ ਖੁਸ਼ਬੀਰ ਸਿੱਧੂ ਨੂੰ ਟੈਕਨੀਕੀ ਸਹਿਯੋਗੀ ਗੁਰਦਾਸ ਢਾਲੀਵਾਲ ਦੇ ਨਾਲ ਅੱਜ ਦੀ ਇਹ ਕੜੀ ਪ੍ਰਾਈਮ ਟਾਈਮ ਵਿਦਵਕਤੌਰ ਢਿੱਲੋਂ ਹੁਣ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ ਕੱਲ ਨੂੰ ਇਸੇ ਸਿਲਸਿਲੇ ਦੀ ਅਗਲੀ ਕੜੀ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹੋਵਾਂਗੇ ਫੇਰ ਤੋਂ ਨਵੀਆਂ ਤਾਜ਼ਾ ਤਰੀਕਾਂ ਦੇ ਨਾਲ ਹਾਜ਼ਰ ਅਣਖੀਲਾ ਪੰਜਾਬ ਧੰਨਵਾਦ ਸਤਿ ਸ਼੍ਰੀ ਅਕਾਲ